ਜਸ ਪੰਜਾਬੀ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਬਾਤ ਅਤੇ ਮੈਂ ਹੈ ਤੁਹਾਡਾ ਦੋਸਤ ਪ੍ਰੇਮ। ਅਤੇ ਅੱਜ ਅਸੀਂ ਬਹੁਤ ਹੀ ਜ਼ਰੂਰੀ ਗੱਲ ਕਰਨ ਜਾ ਰਹੇ ਹੈਗੇ ਹਾਂ, ਜਿਹੜਾ ਕਿ ਸਾਡੇ ਗੁਰੂਆਂ ਪੀਰਾਂ ਕੋਲੋਂ ਸਾਨੂੰ ਜਿਹੜੀ ਚੀਜ਼ ਮਿਲੀ ਹੈਗੀ ਆ ਉਹਦੇ ਵਾਸਤੇ ਸਾਡੇ ਕਿੱਦਾਂ ਪੰਜਾਬੀ ਸਾਡੇ ਸਿੱਖ ਭਰਾ ਅਤੇ ਸਾਰੇ ਜਣੇ ਰਲ ਕੇ ਸੇਵਾ ਦੇ ਵੱਲ ਚੱਲਦੇ ਹੈਗੇ ਆ। ਆਪਾਂ ਇਸ ਸੇਵਾ ਦੇ ਬਾਰੇ ਗੱਲ ਕਰਨੀ ਹੈਗੀ ਆ ਕਿ ਲੋਕ ਕਿੱਦਾਂ ਇਨਕਰੇਜ ਹੁੰਦੇ ਆ। ਇਸ਼ਕ ਦੀਆਂ ਗੱਲਾਂ ਤਾਂ ਸਾਰੇ ਕਰਦੇ ਆ, ਪਰ ਇਸ਼ਕ ਕੋਈ ਕੋਈ ਕਰਦਾ ਹੈਗਾ। ਸੇਵਾ ਦੀਆਂ ਗੱਲਾਂ ਵੀ ਇੱਦਾਂ ਹੀ ਹੈਗੀਆਂ ਕਿ ਗੱਲਾਂ ਬਹੁਤ ਕਰਦੇ ਹੈਗੇ ਆ, ਪਰ ਮੂਹਰੇ ਹੋ ਕੇ ਜਿਹੜੀ ਸੇਵਾ ਕਰਨੀ, ਹੱਥੀਂ ਸੇਵਾ ਕਰਨੀ, ਇਹ ਬੜੀ ਮੁਸ਼ਕਿਲ ਚੀਜ਼ ਹੈਗੀ ਆ। ਜਿੱਦਾਂ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੂਰੇ ਜਿਹੜੇ 18 ਸਾਲ ਜਿੱਥੇ ਬਿਤਾਏ ਸੀਗੇ ਉੱਥੇ ਉਹਨਾਂ ਨੇ ਕਿਰਤ ਕਮਾਈ ਕਰਕੇ ਉਹਨਾਂ ਨੇ ਸਾਨੂੰ ਸੰਦੇਸ਼ ਵੀ ਦਿੱਤਾ ਕਿ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ। ਅਤੇ ਇਸ ਚੀਜ਼ ਦਾ ਜਿਹੜਾ ਹੈਗਾ ਅਸੀਂ ਪ੍ਰੈਕਟੀਕਲੀ ਕਿੱਦਾਂ ਮੂਹਰੇ ਆਉਣਾ ਹੈਗਾ ਆ ਇਹਦੇ ਉੱਤੇ ਧਿਆਨ ਦੇਣਾ ਹੈਗਾ ਕਿ ਇਸ ਇਕੱਲਾ ਗਾਉਣ ਦੇ ਨਾਲ ਨਹੀਂ ਗੱਲ ਬਣਨੀ ਹੈਗੀ ਆ, ਸਾਨੂੰ ਪ੍ਰੈਕਟੀਕਲੀ ਆਪਣੇ ਹੱਥੀਂ ਉੱਠ ਕੇ ਕੋਈ ਨਾ ਕੋਈ ਕੰਮ ਕਰਨਾ ਪੈਣਾ ਹੈਗਾ ਆ। ਅਤੇ ਅੱਜ ਸਾਡੇ ਨਾਲ ਰੋਕੋ ਕੈਂਸਰ ਦੇ ਦੋ ਮਹਿਮਾਨ ਜੁੜੇ ਹੈਗੇ ਆ, ਜਿਨ੍ਹਾਂ ਦੇ ਨਾਲ ਮੈਂ ਤੁਹਾਨੂੰ ਇੰਟਰਡਿਊਸ ਕਰਾਉਣਾ ਹੈਗਾ ਆ। ਮੇਰੇ ਨਾਲ ਬੈਠੇ ਹੈਗੇ ਆ ਗੁਰਦੀਪ ਸਿੰਘ ਜੀ, ਅਤੇ ਉਹਨਾਂ ਦੇ ਨਾਲ ਬੈਠੇ ਹੈਗੇ ਆ ਜਸਪਾਲ ਸਿੰਘ ਬੰਸਲ ਜੀ। ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਭਾਅ ਜੀ ਤੁਹਾਡਾ ਬਹੁਤ ਬਹੁਤ, ਅਤੇ ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਵੀ ਦਿੱਤਾ ਹੈਗਾ। ਅਤੇ ਆਪਾਂ ਇਹ ਦੱਸੋ ਕਿ ਇਸ ਟਾਈਮ ਦੇ ਉੱਤੇ ਆਪਾਂ ਕਿਹੜੇ ਪਾਸੇ ਕਾਹਦੇ ਵਾਸਤੇ ਤੁਰੇ ਹੋਏ ਹਾਂ? ਰੋਕੋ ਕੈਂਸਰ ਤਾਂ ਤੁਹਾਨੂੰ ਪਤਾ ਕਾਫ਼ੀ ਚਿਰਾਂ ਦੀ ਸੰਸਥਾ ਚੱਲਦੀ ਹੈ, ਤਕਰੀਬਨ 15 ਸਾਲ ਤੋਂ ਉੱਪਰ ਹੋ ਗਏ ਹੈ। ਅਤੇ ਅੱਜ ਸਾਡਾ ਮੇਰਾ ਮੇਨ ਮਕਸਦ ਇਹ ਸੀ, ਇੱਕ ਤਾਂ ਜਸਪਾਲ ਸਿੰਘ ਹੋਣਾ ਦੀ ਇੰਟਰੋਡਕਸ਼ਨ ਕਰਾਉਣੀ, ਅਤੇ ਦੂਜੀ ਗੱਲ ਸਿਰਫ ਅਪਡੇਟ ਦੇਣਾ ਕਿ ਅਸੀਂ ਕਿਹੜੇ ਕਿਹੜੇ ਕੈਂਪ ਜਿਹੜੇ ਅਸੀਂ ਲਾ ਚੁੱਕੇ ਹਾਂ ਅਤੇ ਕਿਹੜੇ ਅਸੀਂ ਨੈਕਸਟ 3 ਮੰਥਸ ਦੇ ਵਿੱਚ ਲਾਉਣੇ ਆ ਜੀ। ਸੋ ਜਨਰਲੀ ਇੱਕ ਗੱਲ ਮੈਂ ਕਹਿ ਦੇਵਾਂ ਕਿ ਜਿੰਨੇ ਵੀ ਅਸੀਂ ਕੈਂਪ ਲਾਉਂਦੇ ਹਾਂ ਆਮ ਤੌਰ 'ਤੇ ਆਮ ਸੰਗਤ ਦੇ ਵਿੱਚੋਂ ਜਿਹੜੀ ਕੈਂਪ ਲਾਇਆ ਹੁੰਦਾ ਉਹ ਉੱਥੇ ਜ਼ਰੂਰ ਪਹੁੰਚ ਜਾਂਦੇ ਆ ਕਿ ਫਿਰ ਆਪ ਦੇਖ ਸਕਦੇ ਆ ਕੈਂਪ ਕਿੱਦਾਂ ਲੱਗਾ, ਉਹਦੇ ਵਿੱਚ ਜੇ ਕੋਈ ਇੰਪਰੂਵਮੈਂਟ ਵੀ ਕਰਨੀ ਆ ਉਹਦੇ ਵਾਸਤੇ ਵੀ ਸਾਨੂੰ ਸਲਾਹ ਦਿੰਦੇ ਆ। ਅਤੇ ਉਹਨਾਂ ਦੇ ਆਪਣੀ ਫੈਮਿਲੀ ਦੇ ਵਿੱਚ ਜਿਹੜਾ ਕਿਸੇ ਨੇ ਆਪਣੇ ਲਵਾਉਣਾ ਹੋਵੇ, ਆਪਣੇ ਪਿੰਡ ਦੇ ਵਿੱਚ ਲਵਾਉਣਾ ਹੋਵੇ, ਅਤੇ ਤੁਹਾਡੇ ਵੱਲੋਂ ਕਿੱਦਾਂ ਉਹਨਾਂ ਕੋਲੋਂ ਤੁਸੀਂ ਟਾਈਮ ਦੇ ਸਕਦੇ ਹੈਗੇ ਆ? ਕਿਉਂਕਿ ਮੋਸਟਲੀ ਲੋਕ ਚਾਹੁੰਦੇ ਹੈਗੇ ਆ ਕਿ ਜੇ ਮੈਂ ਆਪਣੇ ਪਿੰਡ ਦੇ ਵਿੱਚ ਕੈਂਪ ਲਵਾਵਾਂ ਅਤੇ ਮੈਂ ਵੀ ਉੱਥੇ ਹੋਵਾਂ, ਅਤੇ ਤੁਹਾਨੂੰ ਕਿੰਨਾ ਕੁ ਟਾਈਮ ਦੇਣਾ ਪੈਂਦਾ ਹੈਗਾ ਆ ਉਹਦੇ ਵਾਸਤੇ ਕਿ ਉਹ ਤੁਹਾਡੇ ਨਾਲ ਕੋਆਰਡੀਨੇਟ ਕਰਕੇ ਆਪ ਆਪਣੇ ਹੱਥੀਂ ਵੀ ਸੇਵਾ ਕਰ ਸਕਣ ਅਤੇ ਅੱਖੀਂ ਦੇਖ ਵੀ ਸਕਣ? ਹਾਂ, ਸਾਨੂੰ ਆਮ ਤੌਰ 'ਤੇ ਸਾਨੂੰ ਐਟਲੀਸਟ 1 ਮੰਥ ਦਾ ਨੋਟਿਸ ਚਾਹੀਦਾ, ਕਿਉਂਕਿ ਜਲੰਧਰ ਵਿੱਚ ਸਾਨੂੰ ਪਰਮਿਸ਼ਨ ਮਿਲਦੀ ਆ 1 ਮੰਥ ਇਨ ਐਡਵਾਂਸ, ਸਾਨੂੰ ਦੱਸਣੇ ਪੈਂਦੇ ਕਿਹੜੇ ਕਿਹੜੇ ਕੈਂਪ ਕਿੱਥੇ ਕਿੱਥੇ ਲਾਉਣੇ ਆ। ਸੋ ਐਟਲੀਸਟ 1 ਮੰਥ ਦਾ ਨੋਟਿਸ। ਪਰ ਆਮ ਤੌਰ 'ਤੇ ਕੀ ਹੁੰਦਾ ਕਿ ਬਹੁਤ ਸਾਰੀਆਂ ਸੰਗਤਾਂ ਜਾਂਦੀਆਂ ਰਹਿੰਦੀਆਂ ਫੈਬਰੀ, ਮਾਰਚ ਅਤੇ ਅਪ੍ਰੈਲ ਦੇ ਵਿੱਚ, ਸੋ ਸਾਡੇ ਡੇਟਸ ਨਾ ਕਲੈਸ਼ ਹੋਣ, ਤਾਂ ਹੀ ਮੈਂ ਕਹਿੰਦਾ ਹੁੰਦਾ ਜੇ ਵੀ ਕੈਂਪ ਲਾਉਣਾ ਆ ਉਹ ਐਜ਼ ਅਰਲੀ ਐਜ਼ ਪੋਸੀਬਲ ਸਾਡੇ ਨਾਲ ਬੁੱਕ ਕਰ ਲੈਣ, ਅਦਰਵਾਈਜ਼ ਕੀ ਹੁੰਦਾ ਫਿਰ ਜੇ ਕਲੈਸ਼ ਹੋ ਜਾਣ ਫਿਰ ਸਾਡੇ ਤੋਂ ਸਿਰਫ ਇੱਕ ਹੀ ਕੈਂਪ ਲੱਗਦਾ ਹੈ। ਅਤੇ ਕਿੰਨੇ ਕੁ ਮਹੀਨਿਆਂ ਦਾ ਜਾਂ ਹਫ਼ਤਿਆਂ ਦਾ ਤੁਹਾਨੂੰ ਪਹਿਲਾਂ ਟਾਈਮ ਦੇਣਾ ਚਾਹੀਦਾ ਜੇ ਅਸੀਂ ਕਰਾਉਣਾ ਹੋਵੇ ਤਾਂ? ਅਸੀਂ ਮੰਥ ਚਾਹੁੰਦੇ ਹਾਂ ਪ੍ਰਾਇਮਰਲੀ, ਪਰ ਜਿੱਦਾਂ ਹੁਣ ਮੈਨੂੰ ਕਈ ਲੋਕਾਂ ਨੇ ਮਾਰਚ ਅਪ੍ਰੈਲ ਦਾ ਬੁੱਕ ਕਰ ਲਿਆ ਮੂਹਰੇ ਸਾਲ ਵਾਸਤੇ, ਸੋ ਉਹਨੇ ਆਲਰੇਡੀ ਆਪਣੇ, ਕਿਉਂਕਿ ਸੰਡੇ ਪਹਿਲਾਂ ਬੁੱਕ ਹੋ ਜਾਂਦੇ ਆ, ਆਮ ਤੌਰ 'ਤੇ ਸਾਰੇ ਚਾਹੁੰਦੇ ਆ ਸਾਨੂੰ ਵੀਕਐਂਡ ਮਿਲੇ। ਇਸ ਵਾਸਤੇ ਜਿੰਨਾ ਵੀ ਅਰਲੀ ਬੁੱਕ ਕਰ ਸਕਦਾ, ਜੇ ਤੁਹਾਨੂੰ ਪਤਾ ਕਿ ਤੁਸੀਂ ਜਾਣਾ ਇੰਡੀਆ ਨੂੰ, ਇਟਸ ਬੈਸਟ ਬੁੱਕ ਇਟ ਅਰਲੀ ਇਜ਼ ਪੋਸੀਬਲ। ਇੰਡੀਆ ਦੇ ਵਿੱਚ ਵੀ ਵੀਕਐਂਡ ਲੱਭਦੇ ਹੈਗੇ ਆ। ਹਾਂ, ਤੁਸੀਂ ਇਹ ਦੱਸੋ ਕਿ ਸਾਨੂੰ ਗੌਰਮੈਂਟ ਵੱਲੋਂ ਵੀ ਉੱਥੋਂ ਕੋਈ ਕੋਈ ਆਉਂਦੀ ਹੈਗੀ ਆ ਜੇ ਪਰਮਿਸ਼ਨ ਲੈਣੀ ਆ, ਜਾਂ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਇੰਟਰੈਕਟ ਹੁੰਦਾ? ਕਿਉਂਕਿ ਇੰਡੀਆ ਦੇ ਵਿੱਚ ਇੰਨਾ ਈਜ਼ੀ ਨਹੀਂ ਹੈਗਾ ਕਿ ਆਨਲਾਈਨ ਭਰ ਕੇ ਆਪਾਂ ਫਟਾਫਟ ਕਰ ਲਈਏ। ਹਾਂ, ਨਹੀਂ, ਬੋਸ ਲੋਕਾਂ ਦੇ ਪਿੱਛੇ ਕਰਨਾ ਪੈਂਦਾ। ਸਾਨੂੰ ਡਿਸਟ੍ਰਿਕਟ ਸਿਵਲ ਸਰਜਨ ਤੋਂ, ਜਿੰਨੇ ਵੀ ਡਿਸਟ੍ਰਿਕਟ ਸੇਵਾ ਵਿੱਚ ਇੱਕ ਸਿਵਲ ਸਰਜਨ ਹੁੰਦਾ, ਉਹਨਾਂ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਅਤੇ ਉਹ ਇੱਕ ਦੋ ਸਵਾਲ ਪੁੱਛਦੇ ਆ ਕਿ ਕੈਂਪ ਕੇਨ ਬੁੱਕ ਕੀਤਾ, ਕਿੱਥੇ ਲੱਗਣਾ ਆ, ਡਾਕਟਰ ਕਿਹੜੇ ਚੱਲੇ ਆ, ਨਰਸਾਂ ਕੌਣ ਆ, ਇਹਨਾਂ ਦਾ ਸਰਟੀਫਿਕੇਟ ਦਿਖਾ ਲਓ, ਕੁਆਲੀਫਿਕੇਸ਼ਨ ਉਹਦੀ ਚੰਗਾ ਦੇ ਹੈਗੇ, ਉਹ ਕੈਂਪ ਦੇ ਨਾਲ ਜੋੜਨੀ ਪੈਂਦੀ ਆ। ਜਦੋਂ ਤੁਸੀਂ ਕਦੇ ਕਦੇ ਉਹ ਆ ਕੇ ਕਦੇ ਕਦੇ ਚੈੱਕ ਵੀ ਕਰ ਲੈਂਦੇ, ਜਿੱਦਾਂ ਛਾਪਾ ਪਾਉਂਦੇ ਹੁੰਦੇ ਨਹੀਂ ਕਿ ਅਸੀਂ ਚੈੱਕ ਕਰਨਾ, ਸੋ ਵੀ ਡੋਂਟ ਮਾਈਂਡ ਦੈਟ। ਜੇ ਤੁਸੀਂ ਸਹੀ ਕੰਮ ਕਰਦੇ ਹੈਗੇ ਤਾਂ ਤੁਹਾਨੂੰ ਡਰ ਵੀ ਕੋਈ ਨਹੀਂ ਹੈਗਾ। ਅਤੇ ਤੁਸੀਂ ਇਹ ਵੀ ਸਾਨੂੰ ਦੱਸੋ ਕਿ ਤੁਸੀਂ ਕਦੋਂ ਕਦੇ ਜੁੜੇ ਹੈਗੇ ਅਤੇ ਕਿੱਦਾਂ ਜੁੜੇ ਹੈਗੇ ਇਹਨਾਂ? ਸੋ ਮੈਨੂੰ ਤਾਂ ਹੋ ਗਏ ਤਕਰੀਬਨ 3 ਸਾਲ, ਅਤੇ ਮੈਂ ਜਦੋਂ ਪਹਿਲਾਂ ਜੁਆਇਨ ਕੀਤਾ ਸੀ ਉਦੋਂ APS ਚਾਵਲਾ ਜੀ ਨੇ ਸ਼ੁਰੂ ਕੀਤੀ, ਜੋ ਸਾਡੇ ਚੇਅਰਮੈਨ ਆ, ਇਹਨਾਂ ਨੂੰ ਥੋੜ੍ਹੀ ਮਦਦ ਚਾਹੀਦੀ ਸੀ ਅਤੇ ਮੈਂ ਕੰਮ ਤੋਂ ਹਟ ਗਿਆ ਸੀ। ਸੋ ਆਈ ਡਿਸਾਈਡ ਟੂ ਹੈਲਪ ਦਮ, ਅਤੇ ਮੈਂ ਕਿਸੇ ਚੈਰਿਟੀ ਵਾਸਤੇ ਕੰਮ ਕਰਨਾ ਸੀ। ਇਹ ਕੁਦਰਤੀ ਮੇਰੇ ਘਰ ਆ ਗਏ, ਉਦੋਂ ਮੈਨੂੰ ਜਾਣਦੇ ਵੀ ਸੀ ਪਹਿਲਾਂ ਹੋਰ ਰਾਹੀਂ ਕੋਈ ਮੀਡੀਆ ਰਾਹੀਂ ਤਾਂ ਨਹੀਂ। ਸੋ ਇਸ ਵਾਸਤੇ ਮੈਂ ਇਹਨੂੰ 3 ਈਅਰਸ ਹੋ ਗਏ ਆ। ਫਿਰ ਹੌਲੀ ਹੌਲੀ ਇਹ ਮੈਨੂੰ ਕਹਿੰਦੇ ਤੂੰ ਸਾਡਾ ਟਰੱਸਟੀ ਬਣ ਜਾ, ਕਿਉਂਕਿ ਇਹਨਾਂ ਦਾ ਇਸ ਵੇਲੇ ਇਹਨਾਂ ਦੇ ਪਰਿਵਾਰ ਦੇ ਵਿੱਚ ਸਾਰੇ ਟਰੱਸਟੀ ਸੀ ਅਤੇ ਉਹ ਚਾਹੁੰਦੇ ਸੀ ਕਈ ਹਟਣਾ। ਇਸ ਵਾਸਤੇ ਉਹਨਾਂ ਦੇ ਨਾਂ ਦੇ ਵਿੱਚ ਇੱਕ ਮੇਰਾ ਨਾਂ ਪੈ ਗਿਆ ਸੀ ਕਿ ਤੂੰ, ਮੈਂ ਇਹਨਾਂ ਦੀ ਮਦਦ ਕਰਦਾ। ਹੋਰ ਕੁਛ APS ਚਾਵਲਾ ਜੀ ਦੇ ਬਾਰੇ ਦੱਸੋ, ਜਿਹੜਾ ਕਿ ਉਹ ਉਹਨਾਂ ਨੇ ਫਾਊਂਡਰ ਹੈਗੇ ਇਸ ਰੋਕੋ ਕੈਂਸਰ ਦੇ,
ਅਤੇ ਉਹ ਉਹਨਾਂ ਨੇ ਕੀ ਸੋਚਿਆ ਵੀ ਇਹ ਕਿਉਂ ਕੰਮ ਕਰਨਾ ਚਾਹੀਦਾ, ਕਿੱਦਾਂ ਉਹਨਾਂ ਦੇ ਮਾਇੰਡ ਦੇ ਵਿੱਚ ਆਇਆ? ਬੋਲ ਇਨੀਸ਼ਲੀ ਕਿਉਂਕਿ ਉਹਨਾਂ ਦੀ ਵਾਈਫ ਪੂਰੀ ਹੋ ਗਈ ਸੀ ਥਰੂ ਬ੍ਰੈਸਟ ਕੈਂਸਰ UK ਦੇ ਵਿੱਚ, ਅਤੇ ਉਹਨਾਂ ਦੀ ਵਾਈਫ ਦੀ ਉਮਰ ਤਕਰੀਬਨ ਸਿਰਫ 40-odd ਸੀ। ਇਸ ਵਾਸਤੇ ਉਹਨਾਂ ਨੂੰ ਬਹੁਤ ਦੁੱਖ ਲੱਗਾ ਇਸ ਗੱਲ ਦਾ, ਇਸ ਵਾਸਤੇ ਉਹ ਇੱਕ ਸਿੰਗਲ ਪਰਸਨ ਇਸ ਕ੍ਰੂਸੇਡ ਦੇ ਉੱਪਰ ਪਏ ਆ ਨਾ। ਉਹ ਇਸ ਵੇਲੇ 80 ਦੇ ਹੈਗੇ ਆ, ਅਤੇ ਉਹਨਾਂ ਨੂੰ ਇਨਫੈਕਟ ਕਈ ਬਿਮਾਰੀਆਂ ਵੀ ਆ, ਜਿੱਦਾਂ ਉਹ ਡਾਇਬੈਟਿਕ ਵੀ ਆ, ਅਤੇ ਉਹਨਾਂ ਦਾ ਲੱਕ ਵੀ ਦੁਖਦਾ ਰਹਿੰਦਾ। ਪਰ ਮੈਂ ਹੈਰਾਨ ਹਾਂ ਕਿ ਜਿੱਦਾਂ ਉਹ ਤੁਰਦੇ ਫਿਰਦੇ ਰਹਿੰਦੇ ਆ ਜਾਂ ਕਾਰ ਦੇ ਵਿੱਚ ਕਿਉਂ ਰਹਿੰਦੇ, ਤਾਂ ਉਹ ਦਿੱਲੀ ਦੇ ਵਿੱਚ ਆ, ਉਹ ਸਾਡੇ ਕੈਂਪ ਪੰਜਾਬ ਵਿੱਚ ਵੀ ਜਾ ਕੇ ਅਟੈਂਡ ਕਰ ਲੈਂਦੇ ਆ। ਸੋ ਭਾਈ ਜਦੋਂ ਨਾ ਆਪਣੇ ਅੰਦਰ ਇੱਕ ਜਜ਼ਬਾ ਹੋਵੇ, ਜਦੋਂ ਪਰਮਾਤਮਾ ਦੀ ਮਿਹਰ ਤੁਹਾਡੇ ਉੱਤੇ ਹੋ ਕੇ ਮੈਂ ਆਹ ਕੰਮ ਕਰਨਾ ਹੀ ਤੁਸੀਂ ਸੋਚਿਆ ਹੁੰਦਾ, ਅਤੇ ਪਰਮਾਤਮਾ ਆਪ ਵੀ ਉਹਨਾਂ ਨੂੰ ਤਾਕਤ ਦੇ ਦਿੰਦਾ ਹੈਗਾ। ਕਿਉਂਕਿ ਹੁਣ ਤੁਸੀਂ ਅੱਜ ਕੱਲ੍ਹ ਦੇਖਦੇ ਹੋ, ਅੱਜ ਕੱਲ੍ਹ ਦੇ ਜਵਾਨ 40-30 ਸਾਲ, 50 ਸਾਲ ਦੇ, ਜਦੋਂ ਉਹਨਾਂ ਨੂੰ ਪੁੱਛੋਗੇ ਹਾਓ ਆਈ, ਉਹ ਕਹਿੰਦੇ ਆਈ ਐਮ ਟਾਇਰਡ, ਉਹ ਟਾਇਰਡ ਹੀ ਰਹਿੰਦੇ ਹੈਗੇ ਆ। ਅਤੇ ਹੁਣ ਦੇਖੋ 80 ਸਾਲ ਦਾ ਬੰਦਾ ਜਿਹੜਾ ਹੈਗਾ ਉਹ ਸਾਰਾ ਇੰਟਰਨੈਸ਼ਨਲੀ ਟਰੈਵਲ ਕਰਕੇ ਪਿੰਡਾਂ ਦੇ ਵਿੱਚ ਜਾਣਾ, ਉੱਥੇ ਦੇਖੋ ਗਰਮੀ ਦੀ ਵੀ ਪ੍ਰੋਬਲਮ, ਠੰਡ ਦੀ ਵੀ ਪ੍ਰੋਬਲਮ, ਅਤੇ ਉਹਦੇ ਵਿੱਚ ਉਹ ਬਹੁਤ ਹੀ ਵੱਡਾ ਕੰਮ ਕਰ ਰਿਹਾ ਹੈਗਾ। ਪਰਮਾਤਮਾ ਉਹਨਾਂ ਨੂੰ ਸਿਹਤ ਬਖਸ਼ੇ, ਅਤੇ ਇੱਦਾਂ ਹੀ ਉਹ ਅੱਗੇ ਤੋਂ ਅੱਗੇ ਚੱਲਦੇ ਰਹਿਣ। ਆਪਾਂ ਤੁਹਾਡੇ ਨਾਲ ਫਿਰ ਵੀ ਗੱਲ ਕਰਾਂਗੇ। ਸਾਡੇ ਨਾਲ ਜਸਪਾਲ ਸਿੰਘ ਬੰਸਲ ਜੀ ਹੈਗੇ ਆ, ਜਿਹੜੇ ਕਿ ਥੋੜ੍ਹਾ ਚਿਰ ਹੋਇਆ ਜੁੜੇ ਹੈਗੇ ਆ। ਹਾਂਜੀ, ਅਤੇ ਬੰਸਲ ਜੀ ਤੁਸੀਂ ਪਹਿਲਾਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਮੈਂ ਜਸ ਪੰਜਾਬੀ ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ। ਐਂਡ ਬਾਕੀ ਜੀ ਆਪਣੇ ਪ੍ਰੇਮ ਸਾਹਿਬ, ਇਹਨਾਂ ਦਾ ਵੀ ਮੈਂ ਬਹੁਤ ਥੈਂਕ ਯੂ ਕਰਦਾ ਜਿਹਨਾਂ ਸਾਨੂੰ ਟਾਈਮ ਦਿੱਤਾ ਤੁਹਾਡੇ ਰੂਬਰੂ ਹੋਣ ਦਾ। ਬਾਕੀ ਮੈਂ ਆਪਣੇ ਪਿਛੋਕੜ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ, ਸ਼ਾਇਦ ਜਿਹੜੇ ਲੋਕ ਮੈਨੂੰ ਦੇਖਣਗੇ ਸ਼ਾਇਦ ਪਛਾਣਦੇ ਵੀ ਹੋਣਗੇ, ਸਪੈਸ਼ਲੀ ਨੌਰਥ ਦੇ ਵਿੱਚ। ਸਾਊਥ ਵਿੱਚ ਤਾਂ ਮੈਂ ਨਹੀਂ ਕਹਿ ਸਕਦਾ ਇੰਨਾ। ਮੈਂ ਜੀ ਵੈਸੇ ਰਿਟਾਇਰਡ ਹੈਗਾ, ਮੇਰਾ ਆਪਣਾ ਇੱਕ ਕੇਟਰਿੰਗ ਬਿਜ਼ਨਸ ਸੀਗਾ ਜਿਹੜਾ ਮੈਂ ਲਾਸਟ 20 ਸਾਲ ਤੋਂ ਯੋਗਸ਼ਰ ਜਿਹਾ ਲਗਾਉਣ ਸੀ। ਉਹਦਾ ਨਾਮ ਸੀ ਮਹਾਰਾਜਾ ਕੇਟਰਿੰਗ, ਉਹ ਬ੍ਰੈਡਫੋਰਡ ਵਿੱਚ ਸੀ ਮੇਰਾ ਬੇਸਡ। ਐਂਡ ਇੱਕ ਪਹਿਲਾਂ ਤਾਂ ਪਬਲਿਕ ਦੀ ਸੇਵਾ ਜਿਹੜੀ ਆ, ਇਹ ਵੀ ਇੱਕ ਸੇਵਾ ਹੀ ਆ। ਕਿਸੇ ਵਿਆਹ ਸ਼ਾਦੀ ਦੇ, ਕਿਸੇ ਨੂੰ ਖਾਣਾ ਬਾਣਾ ਖਵਾਉਣਾ, ਇਹ ਬੜੀ ਵੱਡੀ ਸੇਵਾ ਮੈਨੂੰ ਲੱਗਦਾ ਵੀ ਹੈਗੀ ਆ। ਚਲੋ ਇਹ ਵਿੱਚ ਤਾਂ ਮਾਇਆ ਵੀ ਆਉਂਦੀ ਸੀ, ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਗੁਰਦੀਪ ਨੇ ਦੱਸਿਆ ਵੀ ਰਿਟਾਇਰ ਹੋਣ ਤੋਂ ਬਾਅਦ ਕੁਛ ਮੈਂ ਜ਼ਿੰਦਗੀ 'ਚ ਕੁਛ ਕਰਨਾ ਚਾਹੁੰਦਾ ਸੀ। ਜਿਸ ਤਰ੍ਹਾਂ ਤੁਸੀਂ ਵੀ ਇੱਕ ਮੈਂਸ਼ਨ ਕੀਤਾ ਵੀ ਅਸੀਂ ਗੁਰਬਾਣੀ ਤਾਂ ਬਹੁਤ ਪੜ੍ਹਦੇ ਹਾਂ, ਪੜ੍ਹ ਕੇ ਨਿਕਲ ਜਾਂਦੇ ਹਾਂ, ਲੇਕਿਨ ਇੱਕ ਗੁਰੂ ਨਾਨਕ ਦਾ ਜਿਹੜਾ ਉਪਦੇਸ਼ ਸੀਗਾ ਉਹ ਬਹੁਤ ਵਧੀਆ ਉਪਦੇਸ਼ ਆ। ਉਹ ਉਪਦੇਸ਼ ਸੀਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਹੁਣ ਅਸੀਂ ਇਸ ਇੱਕ ਤੁੱਕ ਦੇ ਪਿੱਛੇ ਮਹਾਰਾਜ ਦਾ ਇੱਕ ਬਹੁਤ ਵੱਡਾ ਮੈਸੇਜ ਸੀਗਾ ਕਿ ਅਸੀਂ ਮਨੁੱਖਤਾ ਦੀ ਸੇਵਾ ਕਿੱਦਾਂ ਕਰਨੀ ਆ ਔਰ ਕਿਸ ਢੰਗ ਨਾਲ ਕਰਨੀ ਆ। ਮੈਂ ਚਾਵਲਾ ਸਾਹਿਬ ਦਾ ਨਾਮ ਪਹਿਲਾਂ ਬਹੁਤ ਸੁਣਿਆ ਸੀ, ਲੇਕਿਨ ਮੈਨੂੰ ਕਦੀ ਵੀ ਇਹਨਾਂ ਦਾ ਨਾਮ ਮਿਲਣ ਦਾ ਕਦੀ ਇੱਥੇ ਮੈਨੂੰ ਸੁਭਾਵ ਨਹੀਂ ਮਿਲਿਆ UK ਦੇ ਵਿੱਚ। ਹਾਲੇ ਮੈਂ ਵੀ UK ਦੇ ਵਿੱਚ ਅਬਾਊਟ 43-40 ਈਅਰ ਤੋਂ ਰਹਿ ਰਿਹਾ, ਨਾਮ ਬੜਾ ਸੁਣਿਆ ਸੀ ਲੋਕੋ ਕੈਂਸਰ ਦਾ, ਪਰ ਕਦੀ ਕੰਟੈਕਟ ਨਹੀਂ ਹੋਇਆ। ਅਤੇ ਕੁਦਰਤੀ ਮੈਂ ਆਹ ਮਹੀਨਾ ਕੁ ਪਹਿਲੇ ਮੈਂ ਬੰਗਲਾ ਸਾਹਿਬ ਗੁਰਦੁਆਰਾ ਗਿਆ ਹੋਇਆ ਸੀ, ਉੱਥੇ ਇਹਨਾਂ ਦਾ ਕੈਂਪ ਲੱਗਿਆ ਸੀ ਜਿੱਥੇ ਮੈਨੂੰ ਚਾਵਲਾ ਸਾਹਿਬ ਜੀ ਪਤਾ। ਇਹਨਾਂ ਮਿਲ ਕੇ ਮੈਨੂੰ ਬੜੀ ਖੁਸ਼ੀ ਹੋਈ ਵੀ ਇਸ ਏਜ ਦੇ ਵਿੱਚ, ਜਿੱਦਾਂ ਗੁਰਦੀਪ ਜੀ ਨੇ ਦੱਸਿਆ ਵੀ ਇਸ ਜੀ ਇਹਨਾਂ ਦੀ 80+ ਏਜ ਹੈ, ਔਰ ਪਰਮਾਤਮਾ ਨੇ ਐਨਰਜੀ ਇੰਨੀ ਦਿੱਤੀ ਹੋਆ ਕਿ ਅਸੀਂ ਉਸੇ ਦਿਨ ਹੀ ਪ੍ਰੋਗਰਾਮ, ਦੂਸਰੇ ਦਿਨ ਸਾਡਾ ਕੈਂਪ ਸੀ ਲੁਧਿਆਣੇ ਪਿੰਡ ਦਾਤ, ਜਿਹੜੇ ਕਿ ਇੱਥੋਂ ਹੀ ਸਾਡੇ NRI ਵੀਰ ਇੱਥੋਂ ਗਏ ਸੀ ਕੈਂਪ ਲਾਉਣ, ਉਹ ਵੀ ਉੱਥੇ ਮੌਜੂਦ ਸੀ। ਉਹਨਾਂ ਨੇ 2 ਕੈਂਪ ਸਾਡੇ ਨਾਲ ਬੁੱਕ ਕੀਤੇ ਸੀ ਉਸ ਦਿਨ ਰੁਕੋ ਕੈਂਸਰ ਨਾਲ। ਐਂਡ ਅਸੀਂ ਸਵੇਰੇ ਹੀ ਤੜਕੇ ਨਿਕਲ ਗਏ 4 ਵਜੇ, ਹਿੰਮਤ ਆ ਪਰਮਾਤਮਾ ਨੇ ਦਿੱਤੀ ਉਹਨਾਂ ਨੂੰ, ਮੈਂ ਤਾਂ ਕਹਿੰਦਾ ਕਿ ਅਸੀਂ ਦੋਨੇ ਜਾਣੇ ਉਹ ਕੈਂਪ 'ਤੇ ਪਹੁੰਚ ਗਏ। ਉਹਨਾਂ ਨੂੰ ਪਤਾ ਵੀ ਨਹੀਂ ਸੀ ਵੀ ਇਹ ਕੈਂਪ 'ਤੇ ਆ ਰਹੇ ਨੇ। ਉਹ ਕੈਂਪ ਦੇਖ ਕੇ ਮੈਂ ਬਹੁਤ ਇੰਪ੍ਰੈਸ ਹੋਇਆ ਵੀ ਅਗਰ ਇੱਕ ਐਸਾ ਜਿਹਾ ਇਨਸਾਨ ਇੰਨਾ ਜਜ਼ਬਾ, ਜਿਸ ਤਰ੍ਹਾਂ ਉਹਨਾਂ ਦੇ ਘਰ ਟ੍ਰੈਜਡੀ ਹੋਈ ਆ ਉਹਦੀ ਮਿਸਿਜ ਦੇ ਨਾਲ, ਐਂਡ ਹੀ ਕੈਰੀ ਡਾਊਨ, ਇਹ ਆ ਮਨੁੱਖਤਾ ਦੀ ਸੇਵਾ, ਇਹ ਮਨੁੱਖਤਾ ਦੀ ਸੇਵਾ ਅਗਰ ਸਾਨੂੰ ਸਮਝ ਆਉਂਦੀ। ਸਵੇਰੇ ਸ਼ਾਮ ਅਰਦਾਸਾਂ ਕਰਨ ਦਾ ਕੋਈ ਫਾਇਦਾ ਨਹੀਂ ਮੇਰੇ ਵੀਰੋ, ਜੇ ਅਸੀਂ ਆਪਣੇ ਉੱਠ ਕੇ ਕੋਈ ਮਨੁੱਖਤਾ ਸੇਵਾ ਨਹੀਂ ਕਰਦੇ। ਸੇਵਾ ਬਹੁਤ ਤਰ੍ਹਾਂ ਦੀ ਆ, ਸੇਵਾ ਇੱਕ ਤਰ੍ਹਾਂ ਦੀ ਨਹੀਂ ਆ। ਸੇਵਾ ਤਨ ਦੀ ਸੇਵਾ, ਮਨ ਦੀ ਸੇਵਾ, ਤਨ ਦੀ ਸੇਵਾ। ਹੁਣ ਮੇਰੇ ਕੋਲ ਤਾਂ ਹੈ ਕਿ ਮੈਂ ਰਿਟਾਇਰਡ ਹਾਂ, ਮੈਂ ਆਪਣੇ ਤਨ ਦੀ ਸੇਵਾ, ਮੈਂ ਜਿੰਨਾ ਵੀ ਆਪਣਾ ਜੀਵਨ ਆ ਮੈਂ ਇਸ ਪਾਸੇ ਲਾ ਦਿਆਂ। ਬਹੁਤ ਚੰਗੀ ਗੱਲ ਹੈਗੀ ਹੈ। ਔਰ ਹੁਣ ਜਿਸ ਤਰ੍ਹਾਂ ਮੈਂ ਇਹਨਾਂ ਨਾਲ ਜੁੜਿਆ, ਇਹਨਾਂ ਨੇ ਮੈਨੂੰ ਹੁਣ ਇੱਕ ਸੇਵਾ ਬਖਸ਼ੀ, ਜਿਹੜੀ ਮੈਂ ਆਪਣੀ ਪੂਰੀ ਸਿੰਸੈਰਿਟੀ ਨਾਲ, ਪੂਰੀ ਕਲੈਰਿਟੀ ਨਾਲ ਇਹ ਮੈਂ ਕਰਨੀ ਆ। ਗੁਰਦੀਪ ਸਿੰਘ ਸਾਡੇ ਨਾਲ ਨੇ, ਇਹਨਾਂ ਨੇ ਸਾਡਾ ਅਸੀਂ ਪਲਾਨ ਦੱਸਿਆ। ਹੁਣ ਅਸੀਂ ਗੁਰਦੁਆਰਾ ਸਾਹਿਬਾਂ ਨੂੰ ਵੀ ਇੱਕ ਬੇਨਤੀ ਕਰ ਰਹੇ ਹਾਂ, ਜੋੜ ਕੇ ਸਾਡਾ ਸਾਥ ਦਿਓ, ਇਸ ਮਨੁੱਖਤਾ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਓ।
ਆਪਣੇ ਗੁਰਦੁਆਰਾ ਸਾਹਿਬਾਂ ਦੇ ਕਮੇਟੀਆਂ ਨੂੰ ਅਪੀਲਾਂ ਆ, ਦਸਵੰਧ ਜਿਹੜਾ ਤੁਸੀਂ ਕੱਢਦੇ ਆ ਦਸਵੰਧ ਜ਼ਰੂਰ ਕੱਢੋ, ਗੁਰਦੁਆਰਾ ਸਾਹਿਬ ਨੂੰ ਪੈਸੇ ਚਾਹੀਦੇ ਆ, ਉਹ ਵੀ ਸੰਸਥਾ ਸਾਡੀਆਂ ਜੁੜਨੀਆਂ ਚਾਹੀਦੀਆਂ ਕਿਉਂਕਿ ਉਹੀ ਤਾਂ ਸਾਡਾ ਇਸ਼ਟ ਇੱਥੇ ਹੀ ਜਾਣਾ। ਉਹਦੇ ਨਾਲ ਰੋਕੋ ਕੈਂਸਰ ਵਾਸਤੇ, ਮਨੁੱਖਤਾ ਦੀ ਸੇਵਾ ਵਾਸਤੇ ਵੀ ਆਪਣਾ ਦਸਵੰਧ ਜ਼ਰੂਰ ਕੱਢੋ। ਪਲੀਜ਼ ਮੈਂ ਤੁਹਾਡੇ ਅੱਗੇ ਅਪੀਲ ਕਰਦਾ ਇਹ ਕਿ ਸਾਰਿਆਂ ਨੇ ਰਲ ਕੇ ਹਮਲਾ ਮਾਰੀਏ। ਇਹ ਜਿਹੜੀ ਕੈਂਸਰ ਦੀ ਇੰਨੀ ਭਿਅੰਕਰ ਬਿਮਾਰੀ, ਇਕੱਲੀ ਇਹ ਪੰਜਾਬ 'ਚ ਨਹੀਂ ਆ, ਇਟਸ ਆਲ ਓਵਰ ਜੀ। ਤੁਹਾਡਾ ਬਹੁਤ ਹੀ ਤੁਹਾਡੀ ਆਪਣੀ ਹਿੰਮਤ ਹੈਗੀ ਆ, ਜਿਹੜਾ ਪਰਮਾਤਮਾ ਨੇ ਮਿਹਰ ਵੀ ਕੀਤੀ ਆ, ਜਿਹੜਾ ਕਿਉਂਕਿ ਹਿੰਮਤ ਤਾਂ ਸਾਰਿਆਂ ਕੋਲ ਹੁੰਦੀ ਆ, ਪਰ ਪਰਮਾਤਮਾ ਦੀ ਮਿਹਰ ਦੇ ਨਾਲ ਸੇਵਾ ਹੁੰਦੀ ਹੈਗੀ ਆ, ਕਿਉਂਕਿ ਇਹ ਰੋਕੋ ਕੈਂਸਰ ਵਿੱਚ ਆਉਂਦਾ ਹੈ ਕਿ ਤੁਹਾਡੇ ਵਰਗੇ ਹੋਰ ਵੀ ਲੋਕ ਸਾਡੇ ਨਾਲ ਜੁੜਨ, ਅੱਛੀ ਟੀਮ ਬਣ ਕੇ ਅਸੀਂ ਔਰ ਘਰੋ ਘਰ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਬਹੁਤ ਜ਼ਿਆਦਾ ਕੈਂਸਰ ਦੀ ਫੈਲਿਆ ਹੋਇਆ ਇਹ ਪਿੰਡਾਂ ਦੇ ਵਿੱਚ, ਜਿੱਥੇ ਤੱਕ ਪਹੁੰਚਣਾ ਵੀ ਇੰਨਾ ਆਸਾਨ ਨਹੀਂ ਹੈਗਾ, ਪਰ ਜੇ ਹਰੇਕ ਕੋਈ ਕੋਸ਼ਿਸ਼ ਕਰਨ ਆਪਣੇ ਆਪਣਾ ਪਿੰਡ ਹੀ ਸੰਭਾਲ ਲੈਣ, ਜਿੱਦਾਂ ਕਿ ਮੈਂ ਅਪੀਲ ਵੀ ਕਰਾਂਗਾ ਤੁਹਾਡੇ ਵੱਲੋਂ ਕਿ ਉਹ ਯੂਰੋਪ ਅਤੇ UK ਦੀਆਂ ਸੰਗਤਾਂ ਸੁਣ ਰਹੀਆਂ ਹੈਗੀਆਂ, ਹਾਂਜੀ, ਅਤੇ ਉਹ ਵੀ ਤੁਹਾਡੇ ਨਾਲ ਜੁੜਨ, ਤੁਹਾਡੇ ਨਾਲ ਕੋਆਰਡੀਨੇਟ ਕਰਨ। ਬਿਲਕੁਲ ਜੀ, ਅਸੀਂ ਤੁਹਾਨੂੰ ਸਾਰੀ ਦੱਸ ਦਿਆਂਗੇ ਗੱਲ। ਬਾਕੀ ਅਸੀਂ ਇੱਕ ਅਪੀਲ ਥੋੜ੍ਹੀ ਕੀਤੀ ਸੀ, ਸਾਨੂੰ ਇੱਕ ਲੀਡ ਦੇ ਸਾਡੀ ਫੈਮਿਲੀ ਹੈਗੀ ਆ, ਸਾਨੂੰ ਇੱਕ ਮਸ਼ੀਨ ਚਾਹੀਦੀ ਸੀਗੀ ਦਿੱਲੀ ਦੇ ਕੰਮ ਵਾਸਤੇ, ਜਿਹੜੀ ECG ਮਸ਼ੀਨ ਆ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਰਹੀ ਸਾਡੇ ਕਿ ਜਿੰਨੇ ਵੀ ਮੈਂ ਕੈਂਪ ਵਿੱਚ ਮੈਂ ਦੇਖੇ ਆ, ਜਿਹੜੀਆਂ ਮੈਂ ਰਿਪੋਰਟਾਂ ਮੇਰੇ ਕੋਲ ਆ ਰਹੀਆਂ, ਉਹਨਾਂ ਵਿੱਚ ਇੱਕ ਚੀਜ਼ ਆ ਰਹੀ ਆ ਵੀ ਜਿਹੜੀ ECG ਆ, ਇਹ ਜੇਕਰ 300 ਬੰਦਾ ਕੈਂਪ 'ਚ ਆ ਰਿਹਾ ਅਤੇ 15 to 20 ਬੰਦਿਆਂ ਦੀ ECG ਹੋ ਰਹੀ ਆ ਜਿਨ੍ਹਾਂ ਨੂੰ ਹਾਰਟ ਪ੍ਰੋਬਲਮ ਆ, ਉਸ ਤੋਂ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਆ ਰਹੀ ਆ ਉਹ ਹੈਗੀ ਆ ਬਲੱਡ ਪ੍ਰੈਸ਼ਰ ਅਤੇ ਡਾਇਬੀਟੀਜ਼। ਇੱਕ ਜਿਹੜੀ ਮਸ਼ੀਨ ਹੈਗੀ ਆ ਉਹ ਘੰਟੇ ਦੇ ਵਿੱਚ ਕਿੰਨੇ ਜਾਣਿਆਂ ਦਾ ਕਰ ਦਿੰਦੀ ਹੈਗੀ ਆ? ਦੇਖੋ ਉਹਦੇ ਉੱਤੇ ਬਹੁਤਾ ਟਾਈਮ ਨਹੀਂ ਲੱਗਦਾ, ਹਾਂਜੀ, ਇਟਸ ਡਜ਼ਨਟ ਟੇਕ ਟੂ ਲੌਂਗ। ਅਗਰ ਸਾਡੇ ਕੋਲ 300 ਬੰਦਾ ਹੈਗਾ, ਉਹ ਪਹਿਲਾਂ ਡਾਕਟਰ ਦੇ ਨਾਲ ਹਰ ਬੰਦੇ 'ਚ ECG ਨਹੀਂ ਕਰੀਦੀ, ਜਿਹੜੇ ਸਾਡੇ ਉੱਥੇ ਡਾਕਟਰਸ ਹੈਗੇ ਨੇ ਰੈਕਮੈਂਡ ਕਰਦੇ ਰੈਕ, ਹਾਂਜੀ, ਪਹਿਲਾਂ ਜਿਹੜੀ ਅਸੀਂ 1-to-1 ਕਰਦੇ ਹਾਂ, ਕੋਈ ਬੰਦਾ ਆਉਂਦਾ। ਉਸ ਦਿਨ ਕੈਂਪ ਦੇ ਵਿੱਚ ਮੇਰੇ ਸਾਹਮਣੇ 5 ਬੰਦੇ ਆਏ ਨੇ ਜਿਹੜੇ ਛਾਤੀ ਦੀ ਪੇਨ ਲਈ ਆਏ ਸੀਗੇ, ਵੀ ਛਾਤੀ 'ਚ ਪੇਨ ਆਉਂਦੀ ਆ ਔਰ ਸਾਹ ਚੜ੍ਹਦਾ ਹੈਗਾ ਜੀ, ਅਤੇ ਕੁਛ ਹੋਰ ਜਿਹੜੀਆਂ ਫੀਲਿੰਗਸ ਉਹ ਦੱਸਦੇ ਹੈਗੀਆਂ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਬਲੱਡ ਟੈਸਟ ਕੀਤਾ ਜਾਂਦਾ, ਠੀਕ ਹੈ ਜੀ, ਐਂਡ ਬਲੱਡ ਪ੍ਰੈਸ਼ਰ। ਅਗਰ ਉਹ ਨੋਰਮਲ ਨਹੀਂ ਹੈਗਾ ਤਾਂ ਦੈਨ ਤਾਂ ਉਹ ਟੀਮ ਫਿਰ ਰੈਕਮੈਂਡ ਕਰਦੀ ਹੋਸਪਿਟਲ ਨੂੰ, ਫਿਰ ਉਹਦੀ ECG ਹੋ ਗਈ, ਉਹਦਾ ਰਿਜ਼ਲਟ ਆ ਜਾਂਦਾ, ਦੈਨ ਜਿਹੜੀ ਨੈਕਸਟ ਕਾਰਵਾਈ ਹੈਗੀ ਆ ਉਹ ਪੇਸ਼ੈਂਟ ਦੱਸੀ ਜਾਂਦੀ। ਅਤੇ ਤੁਹਾਡੇ ਹੁਣ ਫਿਊਚਰ ਦੇ ਵਿੱਚ ਕੀ ਪਲਾਨਸ ਹੈਗੇ ਆ, ਜਿਹੜੇ ਕੈਂਪਸ ਦੇ ਹੋ ਗਏ ਜਾਂ ਤੁਸੀਂ ਮਸ਼ੀਨ ਬਾਰੇ ਵੀ ਕਿਹਾ, ਤੁਹਾਡੇ ਜਿਹੜੇ ਜਾਣਨ ਵਾਲੇ ਆ ਉਹਨਾਂ ਨੇ ਕਿਹਾ, ਉਹਨਾਂ ਨੇ ਪ੍ਰੋਵਾਈਡ ਕਰਨੀ ਹੈਗੀ ਆ? ਨਹੀਂ, ਪ੍ਰੋਵਾਈਡ ਉਹਨਾਂ ਨੇ ਕਰਤੀ ਆ ਸਾਨੂੰ, ਉਹਨਾਂ ਨੇ ਮਾਇਆ ਜਿਹੜੀ ਸੀਗੀ, ਥੈਂਕ ਯੂ ਜੀ ਭੋਗਲ ਫੈਮਿਲੀ ਦਾ ਜੀ, ਮੈਂ ਤੁਹਾਡਾ ਸ਼ੁਕਰੀਆ ਕਰਦਾ, ਇੱਦਾਂ ਸੇਵਾ ਕਰਦੇ ਰਹੋ, ਮਨੁੱਖਤਾ ਦੀ ਸੇਵਾ ਕਰਦੇ ਰਹੋ। ਅਤੇ ਉਹਨਾਂ ਨੇ ਸਾਨੂੰ ਪੈਸੇ ਬੈਂਕ 'ਚ ਪਾ ਦਿੱਤੇ ਸੀ, ਅਸੀਂ ਹੁਣ ਮਸ਼ੀਨ ਦਿੱਲੀਓਂ ਖਰੀਦ ਕੇ ਉਹ ਜਿਹੜੀ ਸੁਵਿਧਾ ਹੈਗੀ ਆ ਜਿਹੜੀ ਸਾਡੀ ਦਿੱਲੀ ਦੀ ਟੀਮ ਹੈਗੀ ਆ ਉਹਦੇ ਵਿੱਚ ਪਾਉਣੀ ਆ, ਠੀਕ ਹੈ। ਅਤੇ ਉਹਦਾ ਕੀ ਕੋਸਟ ਪੈ ਜਾਂਦੀ ਹੈਗੀ ਆਪਣੇ? ਦੇਖੋ ਜੀ, ਮਸ਼ੀਨ ਦੀ, ਹਾਂਜੀ, ਉਹ ਤਕਰੀਬਨ 500-550 ਪਾਉਂਡ ਦੇ ਕਰੀਬ ਹੈਗੀ ਆ ਜੀ ਮਸ਼ੀਨ। ਓਕੇ, ਮਤਲਬ ਆਮ ਬੰਦਾ ਅਫੋਰਡ ਕਰ ਸਕਦਾ ਹੈਗਾ? ਬਿਲਕੁਲ, ਇੱਦਾਂ ਨਹੀਂ ਹੈਗਾ ਕਿ ਅਮਾਊਂਟ ਇੰਨਾ ਨਹੀਂ ਹੈਗਾ ਕਿ ਬੰਦਾ ਨਾ ਕਰ ਸਕੇ। ਬਾਕੀ ਜਿਹੜਾ ਸਾਡਾ ਕੈਂਪਾਂ ਦਾ ਵੀ ਹੈਗਾ ਉਹ ਵੀ ਕੋਈ ਐਡਾ ਵੱਡਾ ਅਮਾਊਂਟ ਨਹੀਂ ਹੈਗਾ। ਮੈਂ ਇੱਕ ਛੋਟੀ ਜਿਹੀ ਚੀਜ਼ ਵਰਕਆਊਟ ਕੀਤੀ, ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਸਰ, ਕਿ ਸਿਰਫ 700 ਪਾਉਂਡ ਦੇ ਵਿੱਚ ਇੱਕ ਕੈਂਪ ਲੱਗਦਾ ਜਿਹਦੇ ਵਿੱਚ ਤਕਰੀਬਨ 350 ਦੇ ਕਰੀਬ ਬੰਦਾ ਆ ਜਾਂਦਾ। ਐਵਰੇਜ ਮੈਂ 300 ਕੱਢੀ ਹੋਆ ਈਚ ਕੈਂਪ ਦੇ ਵਿੱਚ 300 ਬੰਦਾ ਆ ਜਾਂਦਾ। ਅਗਰ ਤੁਸੀਂ ਸੋਹਣੇ ਤਰੀਕੇ ਉਹਦੀ ਐਡਵਰਟਾਈਜ਼ ਕੀਤੀ ਹੋਵੇ ਤਾਂ, ਵਿੱਚ ਅਸੀਂ ਕਰਦੇ ਹਾਂ 6 ਵੀਕਾਂ ਅਸੀਂ ਦਿੰਦੇ ਹਾਂ ਪਹਿਲੇ ਕੈਂਪ ਲਈ ਵੀ। ਬੈਸਟ ਵੇ ਕੀ ਹੈਗਾ ਉੱਥੇ ਲੋਕਾਂ ਨੂੰ ਦੱਸਣ? ਬਿਲਕੁਲ, ਪਹਿਲਾਂ ਬਿਲਕੁਲ ਜੀ, ਹਾਂਜੀ, ਉਹ ਵੀ ਤੁਹਾਨੂੰ ਦੱਸਦਾ। ਉੱਥੋਂ ਅਸੀਂ ਇੱਕ ਲੀਫਲੈਟ ਬਣਦੇ ਹਾਂ ਪਿੰਡਾਂ ਦੇ ਵਿੱਚ ਜਾ ਕੇ, ਪਹਿਲੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਵੀ ਜਾ ਕੇ ਅਸੀਂ ਅਪੀਲਾਂ ਕਰਦੇ ਹਾਂ। ਜਿਹੜਾ ਸਾਡੇ ਕੋਲ ਉੱਥੇ ਲੋਕਲ ਕੰਟੈਕਟ ਹੁੰਦਾ, ਜਿਹੜਾ ਉੱਥੇ ਲੋਕਲ ਕੰਟੈਕਟ ਆ ਉਹ ਸਾਡੇ ਨਾਲ ਰਾਬਤਾ ਕਰਦਾ ਜੀ, ਉਹ ਹੀ ਲੋਕਾਂ ਨੂੰ ਇਕੱਠੇ ਕਰਦਾ ਜੀ, ਠੀਕ ਹੈ ਜੀ। ਉਹ ਇਸ ਕਰਕੇ ਉਹ ਇਹਦੀ ਸਾਨੂੰ ਇੰਨੀ ਵੱਡੀ ਪ੍ਰੋਬਲਮ ਨਹੀਂ ਪੈਂਦੀ। ਅਗਰ ਸਾਡੇ ਕੋਲ ਸ਼ੋਰਟ ਟਾਈਮ ਹੈਗਾ ਫਿਰ ਮੁਸ਼ਕਲ ਆ, ਅਗਰ ਕਦੀ ਸ਼ੋਰਟ ਟਾਈਮ ਰਹਿ ਜਾਵੇ ਔਰ ਕੈਂਪ 'ਤੇ ਕੈਂਪ ਚੜਿਆ ਹੈ ਜੀ
ਐਡਵਰਟਾਈਜ਼ ਨਹੀਂ ਹੋ ਰਹੀ, ਲੋਕਾਂ ਨੂੰ ਅਵੇਅਰਨੈਸ ਨਹੀਂ ਹੋ ਰਹੀ, ਸਭ ਤੋਂ ਵੱਡੀ ਗੱਲ ਹੀ ਅਵੇਅਰਨੈਸ ਹੈ, ਅਵੇਅਰਨੈਸ ਹੈ ਸਭ ਦੀ ਵੱਡੀ ਜਿਹੜੀ ਹੈ। ਅਤੇ ਤੁਸੀਂ ਕੋਈ ਇੱਦਾਂ ਦੇ ਗਰੁੱਪਸ ਨਹੀਂ ਬਣਾਏ ਹੁੰਦੇ ਕਿ ਜਿਹਦੇ ਨਾਲ ਤੁਸੀਂ ਗਰੁੱਪ ਦੇ ਵਿੱਚ ਪਾ ਦਿਓ ਅਤੇ ਕੁਛ ਲੋਕ ਅੱਗੇ ਵੀ ਗਰੁੱਪਾਂ ਦੇ ਵਿੱਚ ਪਾ ਕੇ ਜ਼ਿਆਦਾ ਤੋਂ ਜ਼ਿਆਦਾ ਉਸ ਏਰੀਏ ਦੇ ਵਿੱਚ ਜਾਗਰੂਕ? ਉਹ ਇਸ ਤਰ੍ਹਾਂ ਹੈਗੀ ਵੀ ਜਿਹੜਾ ਉਹ ਇੱਕ ਜਿਹੜਾ ਉੱਥੇ ਦਾ ਮੋਹਰੀ ਹੁੰਦਾ ਬੰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਇੱਕ ਜ਼ਿੰਮੇਵਾਰ ਬੰਦਾ, ਜ਼ਿੰਮੇਵਾਰ, ਕਿਉਂਕਿ ਰਿਪੋਰਟਾਂ ਵੀ ਉਹਦੇ ਕੋਲ ਜਾਣੀਆਂ ਹੁੰਦੀਆਂ, ਬੈਸਟ ਉਹ ਕਰ ਸਕਦਾ ਹੈਗਾ, ਉਹ ਹੀ ਕਰਦਾ ਸਭ ਕੁਛ, ਉਹ ਚਾਹੇ ਢੋਲ ਵਜਾ ਕੇ ਰਕਸ਼ਤ ਚੜ੍ਹ ਕੇ ਕਰਵਾ ਦੇਵੇ, ਬੈਨਰ ਲਾ ਦਿੰਦੇ ਆ, ਬਹੁਤ ਚੰਗੀ ਗੱਲ, ਸੀਨ ਦੈਟ, ਸੇਵਾ ਕਰਨੀ ਹੋਵੇ ਬੰਦੇ ਨੂੰ ਆਪਣਾ ਸੂਟ ਵੀ ਦੇਖਣਾ ਪੈਂਦਾ, ਸੇਵਾ ਵਿਚਾਰੇ ਉਹ ਸੇਵਾ ਉੱਥੇ ਲੋਕ ਫ੍ਰੀ ਕਰ ਰਹੇ ਨੇ, ਉਹ ਚਾਹ ਪਾਣੀ ਵੀ ਪਿਲਾਉਂਦੇ ਆ, ਜਿੱਥੇ ਕੈਂਪ ਲੱਗਦਾ ਉੱਥੇ ਲੋਕਲ ਲੋਕ ਤੁਹਾਡਾ ਫਿਰ ਬਿਲਕੁਲ ਖਾਣੇ ਪੀਣੇ ਖਾਣਾ ਆਪ ਘਰੋਂ ਲੈ ਕੇ ਆਉਂਦੇ ਆ। ਸਾਡੇ ਘੱਟੋ ਘੱਟ ਨਹੀਂ ਤਾਂ 15 ਤੋਂ 20 ਸਟਾਫ ਹੋ ਜਾਂਦੇ ਆ, ਕਈ ਵਾਰੀ ਬਾਕੀ ਹੋਰ ਵੀ ਬੰਦੇ ਆ ਜਾਂਦੇ ਦੂਰੋਂ, ਕਈ ਗੈਸਟ ਆਏ ਹੁਣ ਤੁਹਾਡੇ ਆਉਣ ਵਾਲੇ ਕੈਂਪ ਜਿਹੜੇ ਆ ਉਹਦੀ ਗੱਲ ਕਰ ਰਹੇ ਸੀ ਆਪਾਂ। ਹਾਂਜੀ, ਹੁਣ ਆਉਣ ਵਾਲੇ ਕੈਂਪ ਜਿਹੜੇ ਸਾਡੇ ਕੋਲ ਆ, ਮੇਰੇ ਜਿਹੜੇ ਮੇਰੇ ਕੰਟੈਕਟ 'ਚ ਹੈਗੇ ਆ ਉਹ 4-5 ਕੈਂਪ ਸਾਡੇ ਕੋਲ ਆ ਰਹੇ ਨੇ। ਇੱਕ ਕੈਂਪ ਮੈਂ ਫਿਰ ਬੇਨਤੀ ਕਰਦਾ ਆਪਣੇ ਗਲਾਸਗੋ ਗੁਰਦੁਆਰਾ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੀ ਪਹਿਲਾਂ ਹੀ ਬਹੁਤ ਕੀਤੀ ਸੀਗੀ ਹੈਲਪ, ਐਤਕੀ ਫਿਰ ਸਾਨੂੰ ਤੁਸੀਂ ਨਵਾਜ਼ਿਆ, ਇੱਕ ਕੈਂਪ ਉਹਨਾਂ ਨੇ ਸਾਨੂੰ ਦਿੱਤਾ। ਆ ਮੈਂ ਪਿਛਲੇ ਹਫ਼ਤੇ ਗਲਾਸਗੋ ਜਾ ਕੇ ਆਇਆ, ਸਿਰਫ ਮਿੰਟ ਤਾਂ ਮੈਨੂੰ 10 ਹੀ ਮਿਲੇ ਆ, ਪਰ 10 ਮਿੰਟ 'ਚ ਮੈਂ ਅਪੀਲ ਕੀਤੀ ਸੰਗਤ ਨੂੰ, ਮਹਾਰਾਜ ਜੀ ਇਹ ਬਹੁਤ ਹੀ ਭਲੇ ਦਾ ਕੰਮ ਕਰ ਰਹੇ ਨੇ। ਉੱਥੇ ਬਾਕੀ ਗੁਰਦੁਆਰਾ ਸਾਹਿਬ ਆ ਸਾਰਿਆਂ ਨੂੰ ਮਿਲਿਆ ਮੈਂ, ਸਾਰੇ ਹੀ ਪੋਜ਼ੀਟਿਵ ਰਿਸਪੋਂਸ ਹੈਗਾ, ਕਿਉਂਕਿ ਉਸ ਦਿਨ ਗੁਰੂ ਮਹਾਰਾਜ ਦਾ ਗੁਰਪੁਰਬ ਮਨਾ ਰਹੇ ਸੀ, ਇਸ ਕਰਕੇ ਮੇਰੇ ਲਈ ਟਾਈਮ ਹੈ ਨਹੀਂ, ਬਹੁਤ ਸਮਾਂ ਬਹੁਤ ਚੰਗਾ ਸੀਗਾ, ਦਿਨ ਵੀ ਬੜਾ ਚੰਗਾ ਸੀ, ਤੁਹਾਡਾ ਮੈਸੇਜ ਚਲੇ ਗਿਆ, ਮੈਸੇਜ ਚਲਾ ਗਿਆ ਦੇ ਵਾਸਤੇ ਆਏਗਾ, ਇਹ ਬਹੁਤ ਵੱਡੀ ਗੱਲ ਹੈ ਉਹਨਾਂ 'ਤੇ ਆ। ਹਾਂਜੀ, ਕਿਉਂਕਿ ਸਮਝਦਾਰ ਨੂੰ ਇਸ਼ਾਰੇ ਕਾਫੀ ਹੁੰਦਾ, ਪਰ 10 ਮਿੰਟ ਲਈ ਬਹੁਤ ਹੈ ਮੇਰੇ ਲਈ, 10 ਬਹੁਤ ਸੋਹਣਾ, ਜ਼ਿਆਦਾ ਬੋਲਣਾ ਵੀ ਐਕਸਪਲੇਨ ਕੀਤਾ ਨਾ ਜਿਹੜਾ ਐਕਸਪਲੇਨ ਇਟ। ਹਾਂਜੀ, ਅਤੇ ਭਾਅ ਜੀ ਤੁਸੀਂ ਇੱਕ ਚੀਜ਼ ਦੱਸਿਓ ਕਿ ਜਿੱਦਾਂ ਪਿੰਡਾਂ ਦੇ ਵਿੱਚ ਨਾ ਕਈ ਲੋਕ ਬਿਮਾਰੀ ਲੁਕਾਉਂਦੇ ਵੀ ਹੈਗੇ ਆ, ਜਿੱਦਾਂ ਲੇਡੀਜ਼ ਬਾਹਰ ਨਹੀਂ ਆਉਣਾ ਚਾਹੁੰਦੀਆਂ ਜਾਂ ਉਹ ਕਹਿੰਦੇ ਆ ਵੀ ਸਾਰਿਆਂ ਨੂੰ ਜੇ ਪਤਾ ਲੱਗੂਗਾ ਤਾਂ ਮੈਨੂੰ ਡਿਫਰੈਂਟ ਨਿਗਾਹ ਦੇ ਨਾਲ ਦੇਖਣਗੇ, ਲੋਕ ਲੁਕਾਉਂਦੇ ਵੀ ਹੈਗੇ ਕਿ ਅਸੀਂ ਟੈਸਟ ਹੀ ਨਾ ਕਰਵਾਈਏ, ਅਤੇ ਡਸ ਹੈਪਨ, ਇਹ ਹੁੰਦਾ ਰਹਿੰਦਾ ਆ। ਆਮ ਤੌਰ 'ਤੇ ਕੀ ਹੁੰਦਾ ਹੈ ਕਿ ਲੋਕ ਪਹਿਲਾਂ ਜਦੋਂ ਅਸੀਂ ਕੈਂਸਰ ਦੇ ਕੈਂਪ ਲਾਉਂਦੇ ਸੀ ਉਦੋਂ ਲੋਕ ਤਾਂ ਇਸ ਅੱਖਰ ਤੋਂ ਵੀ ਡਰਦੇ ਸੀ, ਇਨਫੈਕਟ ਇੱਕ ਕਲਚਰਲ ਚੀਜ਼ ਆ, UK ਵਿੱਚ ਵੀ ਇੱਦਾਂ ਸੀ, ਇੱਦਾਂ ਹੀ ਆ, ਜਦੋਂ ਪਹਿਲਾਂ ਲੋਕ ਕਹਿੰਦੇ ਸੀ ਕਿ ਆਊਟ ਕੋਲ ਇਟ ਸੀ, ਉਹ ਅੱਖਰ ਵਰਤਦੇ ਨਹੀਂ ਸੀ ਕਿ ਇੰਨਾ ਡਰਦੇ ਸੀ। ਇੰਡੀਆ ਵਿੱਚ ਵੀ ਹਜੇ ਵੀ ਪਿੰਡਾਂ ਦੇ ਵਿੱਚ ਸਪੈਸ਼ਲੀ ਕਈ ਡਿਸਟ੍ਰਿਕਟਸ ਵਿੱਚ ਇਹ ਹਜੇ ਜਲੰਧਰ ਇਟ ਇਜ਼ ਲਾਈਕ ਦੈਟ, ਆਈ ਮੀਨ ਕਿਉਂਕਿ ਪਤਾ ਨਹੀਂ ਹੁੰਦਾ ਕਿਸੇ ਨੂੰ ਜਿਹਨੂੰ ਹੋਈ ਆ, ਉਹਨਾਂ ਵਿਚਾਰਿਆਂ ਨੂੰ ਅੱਖਰ ਸੁਣ ਕੇ ਉਹਨੇ ਫੈਮਿਲੀ ਦੇ ਵਿੱਚ ਬਹੁਤ ਦੁੱਖ ਲੱਗਦਾ, ਦੁੱਖ ਲੱਗਦਾ। ਸੋ ਅੱਜ ਕੱਲ੍ਹ ਕੋਈ ਬੰਦਾ ਐਸਾ ਨਹੀਂ ਜਿਹਨੂੰ ਨਾ ਪਤਾ ਹੋਵੇ, ਕੋਈ ਜਿਹਨੂੰ ਕੈਂਸਰ ਦੀ ਬਿਮਾਰੀ ਹੋ ਗਈ ਆ ਜਾਂ ਇਹਦਾ ਫੈਮਿਲੀ ਨਹੀ�ं ਹੋਈ, ਇਟਸ ਅਨਲਾਈਕਲੀ ਦੈਟ ਯੂ ਹੈਵਨਟ ਹਰਡ ਆਫ ਐਨੀਵਨ ਪਾਸ ਅਵੇ ਥਰੂ ਕੈਂਸਰ। ਅਤੇ ਇੰਡੀਆ ਪੰਜਾਬ ਦੇ ਵਿੱਚ ਪਹਿਲਾਂ ਸਾਡੀ ਜਿਹੜੀ ਬੱਸ ਆ, ਮੈਨੂੰ ਚੇਤਾ ਅਸੀਂ ਹਰਿਮੰਦਰ ਸਾਹਿਬ ਗਏ ਅਤੇ ਮੇਰੇ ਨਾਲ ਡਾਕਟਰ ਉਦੋਂ ਕੇ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਮੇਰੇ ਨਾਲ ਸੀ, ਉਹ ਮੈਨੂੰ ਕਹਿਣ ਲੱਗੇ ਆਹ ਦੇਖੀ ਆ ਜਿਹੜੀਆਂ ਬੀਬੀਆਂ ਤੁਰੀਆਂ ਆ, ਇਹਨਾਂ ਦੇ ਹਸਬੈਂਡ ਕਹਿੰਦੇ ਇਸ ਬੱਸ ਵੱਲ ਉਹਨੂੰ ਦੇਖੋ, ਸਿਰਫ ਦੇਖਿਆ ਦੇਖਿਆ ਸੀ ਰੋਕੋ ਕੈਂਸਰ, ਉਹ ਕਹਿੰਦਾ ਤੈਨੂੰ ਮੈਂ ਕਿ ਮੈਨੂੰ ਤਾਂ ਸਮਝ ਵੀ ਨਹੀਂ ਆਉਂਦਾ। ਅਵੇਅਰਨੈਸ ਜਿਹੜੀ ਹੈਗੀ ਬਹੁਤ ਜ਼ਰੂਰੀ ਹੈਗੀ, ਇਹ ਵੀ ਇੱਕ ਅਵੇਅਰਨੈਸ ਨਾ, ਇਸ ਨਾਮ ਤੋਂ ਅਸੀਂ ਡਰਦੇ ਹਾਂ, ਜੇ ਸਾਡੇ ਕੋਲ ਅਵੇਅਰਨੈਸ ਹੋਏਗੀ ਅਸੀਂ ਇਸ ਨਾਮ ਤੋਂ ਡਰਾਂਗੇ ਨਹੀਂ, ਸਗੋਂ ਇਹਦੇ ਨਾਲ ਅਸੀਂ ਲੜਨ ਦੀ ਕੋਸ਼ਿਸ਼ ਕਰਾਂਗੇ। ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਹਾਂਜੀ, ਮੈਂ ਹਰੇ ਰੀਸੈਂਟਲੀ ਅਬਾਊਟ ਮਹੀਨਾ ਕੁ ਹੋਇਆ, ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ, ਤੁਸੀਂ ਸਾਰਿਆਂ ਨਾਂ ਸੁਣੇਗਾ ਕੈਂਸਰ ਰਿਸਰਚ UK, ਮੈਂ ਇਹਨਾਂ ਨਾਲ ਕੋਈ 4 ਘੰਟੇ ਦੀ ਇੱਕ ਵਰਕਸ਼ਾਪ ਸੀ, ਮੈਂ ਉਹ ਅਟੈਂਡ ਕੀਤੀ, ਮੈਨੂੰ ਦੱਸਿਆ ਉਹਦੇ ਵਿੱਚ, ਔਰ ਉੱਥੋਂ ਬੜਾ ਕੁਛ ਲਰਨ ਕਰਨ ਵਾਸਤੇ ਮਿਲਿਆ, ਕਿਉਂਕਿ ਇਹ ਬਿਮਾਰੀ ਭਿਅੰਕਰ ਬਿਮਾਰੀ ਤਾਂ ਬਹੁਤ ਆ, ਲੇਕਿਨ ਇਹਦਾ ਇਲਾਜ ਹੈਗਾ ਅਗਰ ਇਹ ਅਰਲੀ ਡਿਟੈਕਟ ਕਰ ਲਈਏ ਤਾਂ। ਇਹਨਾਂ ਦੇ ਹੀ ਜਿਹੜੇ ਸਟਾਕਸ ਹੈਗੇ ਆ ਉਹ ਮੇਰੇ ਕੋਲ ਮੇਰੇ ਬਰੀਫਕੇਸ 'ਚ ਪਏ ਹੋ ਆ, ਬ੍ਰੈਸਟ ਕੈਂਸਰ ਅਗਰ ਅਰਲੀ ਡਿਟੈਕਟ ਹੋ ਜਾਵੇ ਸਰਵਾਈਵਲ ਰੇਟ 99% ਹੈ, ਤੁਸੀਂ ਹੈਰਾਨ ਹੋ ਜਾਓ, ਕਿਉਂਕਿ ਇਹਦੇ ਨਾ ਡਿਫਰੈਂਟ ਡਿਫਰੈਂਟ ਸਟੇਜ ਹੁੰਦੇ ਆ। ਕੈਂਸਰ ਸਰ ਜੀ 200 ਡਿਫਰੈਂਟ ਟਾਈਪ ਦਾ ਕੈਂਸਰ ਆ, ਹਾਂਜੀ, ਇੱਕ ਟਾਈਪ ਦਾ ਕੈਂਸਰ ਨਹੀਂ ਜੀ, ਕੈਂਸਰ ਹੈ ਕੀ ਚੀਜ਼, ਇਸ ਏ ਡੈਡ ਸੈੱਲ ਐਂਡ ਬਿਕਮ ਏ ਟਿਊਮਰ ਐਂਡ ਇਟ ਟਰੈਵਲ ਅਰਾਊਂਡ ਇਨ ਯੋਰ ਬੋਡੀ, ਠੀਕ ਹੈ, ਉਹ ਜਿੱਥੇ ਜਾ ਕੇ ਸਟੱਕ ਹੋ ਜਾਂਦਾ ਜਿੱਥੇ ਉੱਥੇ ਉਹ ਚੀਜ਼ ਜਿਹੜੀ ਹੈਗੀ ਆ ਉਹ ਇਨਫੈਕਟਡ ਹੋ ਜਾਂਦੀ ਹੈ ਐਂਡ ਦੈਨ ਬਿਕਮ ਏ ਕੈਂਸਰ, ਯੂ ਕੈਨ ਰਿਮੂਵ ਦਾ ਔਨ ਫਸਟ ਸਟੇਜ। ਮੈਂ ਤੁਹਾਨੂੰ ਆਪਣੀ ਰੀਸੈਂਟ ਇੱਕ ਚੀਜ਼ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ, ਕੈਂਪ ਦੇ ਵਿੱਚ ਬ੍ਰਦਰ ਮੇਰੀ ਫੈਮਿਲੀ ਇੰਡੀਆ ਰਹਿੰਦੀ ਹੈ, ਮੈਂ ਨਾਲ ਲੈ ਗਿਆ, ਹਾਲਾਂਕਿ ਉਹਨੂੰ ਇੱਕ ਪ੍ਰੋਬਲਮ ਸੀ ਜਿਹੜੀ ਅਸੀਂ ਪ੍ਰੋਸਟੇਟ ਦੀ ਕਰਦੇ ਹਾਂ, ਲੇਕਿਨ ਕਦੀ ਇਲਾਜ ਨਹੀਂ ਕਰਾਇਆ ਉਹਨੇ, ਮੈਂ ਹਰ ਵਾਰੀ ਜਾਂਦਾ ਸੀ ਕਹਿੰਦਾ ਵੀ ਇਹਨੂੰ ਕਰਾ ਲਓ, ਟੈਸਟ ਕਰਾ ਲਓ,
ਮੈਂ ਹੀ ਪੈਸੇ ਪੇ ਕਰਦਾ, ਨਹੀਂ 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 ਕੁਛ ਨਹੀਂ ਹੈਗਾ, ਇਹ ਬਾਬਿਆਂ ਨੇ ਸਾਨੂੰ ਦੇਣੀਆਂ ਦੁਆ, ਉਸ ਬਾਬੇ ਨੇ ਦੇਣੀਆਂ ਦੁਆ, ਉਹ ਬਾਬੇ ਕੰਮ ਨਹੀਂ ਆਏ। ਹੁਣ ਕੰਮ ਕੀ ਆਇਆ, ਕਿਸੇ ਪਤਾ ਲੱਗ ਗਿਆ ਜੀ PSA ਟੈਸਟ ਕਰਵਾਉਣਾ ਪੈਣਾ। ਓਕੇ, ਉਹ ਕਰਵਾਇਆ ਫਿਰ, ਕਿਉਂਕਿ ਉਸ ਕੈਂਪ 'ਚੋਂ ਹੀ ਚੀਜ਼ ਲੱਭੀ, ਓਪਰੇਸ਼ਨ ਉਸੇ ਵੇਲੇ ਕਰਨਾ ਪੈ ਗਿਆ, ਔਰ ਇਸ ਵੇਲੇ ਬੰਦਾ ਬਿਲਕੁਲ ਸਾਡਾ ਠੀਕ ਠਾਕ ਹੈ, ਮੇਰੇ ਕੋਲ ਜਿੰਦਾ ਪਰੂਫ ਹੈ। ਕਿਉਂਕਿ ਕਹਿੰਦੇ ਹੁੰਦੇ ਥਰਡ ਸਟੇਜ ਅਤੇ ਫੋਰਥ ਸਟੇਜ ਜਿਹੜੀ ਸੈਕਿੰਡ ਜਿਹੜੀ ਹੈਗੀ ਆ ਉਹ 'ਚ ਜ਼ਿਆਦਾ ਚਾਂਸ ਸਰਵਾਈਵਲ ਦੇ ਹੁੰਦੇ ਆ। ਬਿਲਕੁਲ, ਪਰ ਜਿਹੜੀ ਪ੍ਰੋਸਟੇਟ ਦੀ ਗੱਲ ਨਹੀਂ ਕੀਤੀ, ਇਹ ਇੰਪੋਰਟੈਂਟ ਗੱਲ ਹੈ ਕਿ ਸਾਡੇ ਬੰਦੇ ਪਹਿਲਾਂ ਮੰਨਦੇ ਨੇ, ਇੰਬੈਰਸਡ ਆ ਬੰਦਾ ਮੈਨੂੰ ਚੈੱਕ ਕਰਨ ਲੱਗਾ ਜੀ। ਇੱਕ ਇੱਥੇ UK ਵਿੱਚ ਵੀ ਗੱਲ ਤੁਰਦੀ ਆ, ਇੱਥੇ ਹੁਣ 55 ਦੇ ਵਿੱਚ ਉਹਨੇ ਸ਼ੁਰੂ ਕਰ ਲਿਆ ਤੁਹਾਡਾ ਪ੍ਰੋਸਟੇਟ ਚੈੱਕ ਕਰਨ ਨੂੰ, ਅਤੇ ਸਾਡੇ ਬੰਦਿਆਂ ਨੂੰ ਜਾਣਾ ਚਾਹੀਦਾ ਹੈ, ਸਾਡੇ ਬੰਦੇ ਵੀ ਡਰਦੇ ਰਹਿੰਦੇ ਆ, ਇਸ ਵਾਸਤੇ ਅਵੇਅਰਨੈਸ ਕਰਾਉਣੀ, ਅਤੇ ਸਾਡੀ ਇੱਕ ਬੱਸ ਸਿਰਫ ਅਵੇਅਰਨੈਸ ਕਰਾਉਣ ਵਾਲੀ ਆ, ਉਹਦੇ ਉੱਪਰ ਵੀਡੀਓ ਚੱਲਦੇ ਆ ਜਿਹੜੇ ਤੁਹਾਨੂੰ ਪ੍ਰੋਸਟੇਟ ਕੈਂਸਰ ਵਾਸਤੇ ਵੀ ਦੱਸਦੀ ਆ, ਅਤੇ ਉਹ 'ਚ ਬਰੀਫਿੰਗ ਵੀ ਕਰਦੇ, ਹਾਂ ਦੱਸਦੇ ਆ ਕੀ ਹੋਣਾ ਚਾਹੀਦਾ। ਬਿਲਕੁਲ, ਜਿਹੜਾ ਅਸੀਂ ਖੂਨ ਲੈਂਦੇ ਬੰਦਿਆਂ ਦਾ ਉਹਦੇ ਵਿੱਚ ਸਾਨੂੰ ਨਿਸ਼ਾਨੀ ਆ ਜਾਂਦੀ, ਉਹਨਾਂ ਦੀ ਪ੍ਰੋਟੀਨ ਹੁੰਦੀ ਹੈ ਖੂਨ ਦੇ ਵਿੱਚ, ਉਹ ਅਸੀਂ ਹੋਸਪਿਟਲ ਚੈੱਕ ਕਰਕੇ ਦੱਸ ਦਿੰਦੇ ਕਿ ਤੁਹਾਡਾ ਜਿਹੜਾ PSA ਲੈਵਲ ਜ਼ਿਆਦਾ ਆ, ਤੁਹਾਨੂੰ ਪਹਿਲਾਂ ਤਾਂ ਗੋਲੀਆਂ ਦੇ ਉੱਪਰ ਸ਼ੁਰੂ ਕਰਦੇ ਆ ਜੇ ਸਟੇਜਾਂ ਲੰਘ ਜਾਂਦੀਆਂ ਆ, ਕਿਉਂ ਬੰਦਾ ਗੌਰ ਨਹੀਂ ਕਰਦਾ। ਨਿਸ਼ਾਨੀਆਂ ਕਈ ਹੁੰਦੀਆਂ ਬੰਦੇ ਵਾਸਤੇ, ਪਿਸ਼ਾਬ ਰੁਕ ਜਾਵੇ, ਪਿਸ਼ਾਬ ਕਾਹਲੀ ਆਵੇ, ਪਿਸ਼ਾਬ ਨਾ ਆਵੇ, ਇਹ ਸਾਰੀਆਂ ਨਿਸ਼ਾਨੀਆਂ ਹੁੰਦੀਆਂ, ਪਰ ਅਸੀਂ ਇੰਬੈਰਸਡ ਬਹੁਤ ਹਾਂ ਗੱਲ ਕਰਨ, ਹਾਏ ਅਸੀਂ ਆਪਣੀ ਸਾਡਾ ਇਹ ਵੀ ਜ਼ੋਰ ਲੱਗਾ ਹੁੰਦਾ ਕਿ ਤੁਸੀਂ ਓਪਨ ਥੋੜ੍ਹਾ ਜਿਹਾ ਹੋ ਜਾਓ, ਚਲੋ ਬੰਦਿਆਂ ਵਿੱਚ ਹੀ ਗੱਲ ਕਰ ਲਓ, ਬੰਦਾ ਬੰਦੇ ਵਿੱਚ ਵੀ ਨਹੀਂ ਗੱਲ ਕਰਦਾ, ਇਹ ਵੀ ਲੁਕਾਉਂਦਾ ਰਹਿੰਦਾ, ਲੁਕਾਉਂਦਾ ਹੈਗਾ, ਜਿਹੜਾ ਲੁਕਾਉਣਾ ਇਹ ਹੋਰ ਵੀ ਜ਼ਿਆਦਾ ਡੇਂਜਰਸ ਹੈਗਾ, ਫਿਰ ਟੂ ਲੇਟ ਹੋ ਜਾਂਦਾ, ਸਟੇਜ 3 ਸਟੇਜ 4 ਤੱਕ ਪਹੁੰਚ ਜਾ ਗਈ, ਤੁਹਾਡਾ ਕੁਛ ਨਹੀਂ ਹੋ ਸਕਦਾ। ਹੁਣ ਸਾਡੇ ਕੋਲ ਇੱਕ ਬੀਬੀ ਦਾ ਰੀਸੈਂਟਲੀ ਇਸ਼ੂ ਹੋਇਆ ਜਿੱਥੇ ਉਹਨੂੰ ਸਟੇਜ 4 ਕੈਂਸਰ ਆ, ਸੋ ਅਸੀਂ ਸਿਰਫ ਉਹਨਾਂ ਨੂੰ ਹੁਣ ਮੈਨੇਜ ਹੀ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਸਿਰਫ ਦਵਾਈਆਂ ਪੇਨ ਕਿਲਰ ਦੇ ਸਕਦੇ, ਹੋਰ ਕੁਛ ਨਹੀਂ, ਕੁਛ ਨਹੀਂ, ਉਹਦਾ ਇਲਾਜ ਤਾਂ ਹੋ ਨਹੀਂ ਸਕਦਾ। ਹੁਣ ਇੰਡੀਆ ਦੇ ਵਿੱਚ ਤਾਂ ਫਿਰ ਹੈ ਵੀ ਐਕਸਪੈਂਸਿਵ ਵੀ ਬਹੁਤ ਹੈਗਾ ਕੋਈ ਟੈਸਟ ਕਰਾਉਣਾ, ਬਿਲਕੁਲ ਜੀ, ਜਾਂ ਕੁਛ, ਕਿਉਂਕਿ ਗਰੀਬੀ ਕਈ ਵਾਰੀ ਇੰਨੀ ਹੁੰਦੀ ਘਰ ਦੇ ਵਿੱਚ ਜਿਨ੍ਹਾਂ ਦਾ ਰੋਟੀ ਨਹੀਂ ਸਹੀ ਤਰ੍ਹਾਂ ਚੱਲਦੀ ਹੈਗੀ, ਅਤੇ ਉਹਨਾਂ ਨੇ ਜਾ ਕੇ ਡਾਕਟਰਾਂ ਦੇ ਜਾ ਕੇ ਕਹਿੰਦੇ ਹੁੰਦੇ ਵਕੀਲ ਅਤੇ ਡਾਕਟਰਾਂ ਕੋਲੋਂ ਬਚਾਵੇ ਤਾਂ ਠੀਕ, ਦੂਰੇ ਰੱਖੇ ਠੀਕ ਆ, ਇੱਕ ਵਾਰੀ ਸ਼ੁਰੂ ਹੋ ਜਾਵੇ ਤਾਂ ਫਿਰ। ਚਲੋ ਇੱਕ ਚੀਜ਼ ਹੋਰ ਵੀ ਮੈਂ ਤੁਹਾਨੂੰ ਦੱਸਾਂ ਕਿ ਕੀ ਹੁੰਦਾ ਕਿ ਡਾਕਟਰ ਕਹਿੰਦਾ ਵੀ ਜੇ ਤਾਂ ਪੇਸ਼ੈਂਟ ਮੁੜ ਕੇ ਨਹੀਂ ਆਇਆ ਅਤੇ ਜਾਂ ਤਾਂ ਉਹ ਠੀਕ ਹੋ ਗਿਆ ਜਾਂ ਤਾਂ ਉਹ ਠੀਕ ਹੋ ਗਿਆ, ਅਤੇ ਜਿਹੜਾ ਵਕੀਲ ਹੈਗਾ ਉਹ ਕਹਿੰਦਾ ਪਹਿਲਾਂ ਹੀ ਪੈਸੇ ਲੈ ਲਓ, ਇਹਨੇ ਬਾਅਦ ਦੇ ਵਿੱਚ ਤਾਂ ਜਿੱਤੇ ਭਾਵੇਂ ਹਾਰੇ ਇਹਨੇ ਮੁੜ ਕੇ ਨਹੀਂ ਆਉਣਾ। ਹਾਂਜੀ, ਅਤੇ ਇਸ ਕਰਕੇ ਇਹ ਵੀ ਹੈਗਾ ਆ, ਅਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹੈਗੇ ਹਾਂ, ਅਤੇ ਬ੍ਰੇਕ ਲੈ ਕੇ ਆਪਾਂ ਇੱਥੇ ਫਿਰ ਕੰਟੀਨਿਊ ਕਰਦੇ ਹਾਂ। ਥੈਂਕ ਯੂ। ਜਸ ਪੰਜਾਬੀ ਦੇਖਣ ਵਾਲਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਰੋਕੋ ਕੈਂਸਰ ਵਾਸਤੇ ਗੱਲ ਕਰ ਰਹੇ ਹੈਗੇ ਹਾਂ, ਜਿਹੜਾ ਕਿ ਆਪਣੇ ਜਿੰਨੇ ਵੀ ਭਰਾ ਹੈਗੇ ਆ ਅੱਗੇ ਵੱਧ ਚੜ੍ਹ ਕੇ ਇਹਦੇ ਵਾਸਤੇ ਸੇਵਾ ਕਰਦੇ ਹੈਗੇ ਆ, ਚਾਹੁੰਦੇ ਹੈਗੇ ਆ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਪਾਸੇ ਸੇਵਾ ਕਰਕੇ ਆਪਾਂ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੀ ਬਿਮਾਰੀ ਨੇ ਆਪਣਾ ਪ੍ਰਭਾਵ ਪਾਇਆ ਹੈਗਾ, ਲੋਕ ਦੁਖੀ ਹੈਗੇ ਆ, ਜੇ ਅਸੀਂ ਇਸ ਪਾਸੇ ਤੁਰ ਕੇ ਥੋੜ੍ਹਾ ਜਿਹਾ ਮਿਹਨਤ ਕਰੀਏ ਤਾਂ ਇਸ ਬਿਮਾਰੀ ਨੂੰ ਉੱਤੇ ਅਸੀਂ ਜਿੱਤ ਪਾ ਸਕਦੇ ਹੈਗੇ ਹਾਂ। ਅਸੀਂ ਬੜੀਆਂ ਗੱਲਾਂ ਕਰਦੇ ਹੈਗੇ ਹਾਂ ਜੀ ਦਿਵਾਲੀ ਦੇ ਵਿੱਚ, ਜੀ ਅੱਛਾਈ ਦੀ ਜਿੱਤ ਹੁੰਦੀ ਆ ਅਤੇ ਬੁਰਾਈ ਦੀ ਹਾਰ ਹੁੰਦੀ ਆ, ਉਹ ਲੜਾਈਆਂ ਜਿਹੜੀਆਂ ਹੁੰਦੀਆਂ ਸੀ ਹੋਰ ਹੁੰਦੀਆਂ ਸੀਗੀਆਂ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਗੈਰ ਕਿਸੇ ਦਾ ਕਤਲ ਕੀਤਿਆਂ, ਬਗੈਰ ਕਿਸੇ ਨੂੰ ਮਾਰਿਆ ਛੱਡਿਆ, ਉਹਨਾਂ ਨੇ ਉਹਨਾਂ ਨੂੰ ਦੁਸ਼ਟਾਂ ਨੂੰ ਵੀ ਤਾਰ ਦਿੱਤਾ ਅਤੇ ਨਾਲ ਉਹਨਾਂ ਦੀਆਂ ਪੁਸ਼ਤਾਂ ਨੂੰ ਵੀ ਤਾਰ ਦਿੱਤਾ। ਅਤੇ ਸਾਡੇ ਨਾਲ ਗੈਸਟ ਹੈਗੇ ਆਏ ਹੋਏ ਜਿਨ੍ਹਾਂ ਦੇ ਨਾਲ ਆਪਾਂ ਅੱਜ ਬਹੁਤ ਹੀ ਜ਼ਰੂਰੀ ਗੱਲਾਂ ਕਰ ਰਹੇ ਹੈਗੇ ਹਾਂ, ਸੁਣਨ ਵਾਲਿਆਂ ਵਾਸਤੇ ਵੀ ਇੱਕ ਬਹੁਤ ਵੱਡਾ ਇਹ ਮੌਕਾ ਹੈਗਾ ਕਿ ਦੇਖੋ ਕਿ ਕਿਸ ਤਰ੍ਹਾਂ ਅੱਗੇ ਚੱਲ ਕੇ ਅਸੀਂ ਸੇਵਾ ਦੇ ਵਿੱਚ ਹੱਥ ਵਟਾ ਰਹੇ ਹਾਂ, ਜਿਹਦੇ ਵਿੱਚ ਹੋਰ ਵੀ ਬਹੁਤ ਸਾਰੇ ਹੱਥਾਂ ਦੀ ਲੋੜ ਹੈਗੀ ਆ। UK ਅਤੇ ਯੂਰੋਪ ਦੀਆਂ ਸਾਰੀਆਂ ਸੰਗਤਾਂ ਜਿਹੜੀਆਂ ਕਿ ਸੁਣ ਰਹੀਆਂ ਹੈਗੀਆਂ, ਤੁਹਾਨੂੰ ਐਂਡ ਦੇ ਉੱਤੇ ਆਪਣਾ ਟੈਲੀਫੋਨ ਨੰਬਰ ਵੀ ਦੇਣਗੇ, ਪੇਪਰ ਪੈੱਨ ਤਿਆਰ ਰੱਖਿਓ ਅਤੇ ਤੁਸੀਂ ਐਨੀ ਟਾਈਮ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੈਗੇ ਆ। ਅਤੇ ਆਪਣੇ ਨਾਲ ਬੈਠੇ ਹੈਗੇ ਆ ਗੁਰਦੀਪ ਜੀ, ਇਹ ਗੁਰਦੀਪ ਜੀ ਆਪਾਂ ਫੰਡ ਦੇ ਬਾਰੇ ਗੱਲ ਕਰਾਂਗੇ ਕਿ ਫੰਡ ਦੀ ਤਾਂ ਹਮੇਸ਼ਾ ਲੋੜ ਪੈਂਦੀ ਹੈ, ਕਿਤੇ ਚਾਹ ਦਾ ਕੱਪ ਪੀਣਾ ਹੋਵੇ ਤਾਂ ਵੀ ਪੈਸਿਆਂ ਦੀ ਲੋੜ ਪੈਂਦੀ ਹੈ, ਇਸ ਕਰਕੇ ਇਹਦੇ ਫੰਡ ਨੂੰ ਆਪਾਂ ਕਿੱਦਾਂ ਰੇਜ਼ ਕਰ ਸਕਦੇ, ਕਿੱਦਾਂ ਇਹਨੂੰ ਅਸੀਂ ਆਪਾਂ ਵਧਾ ਸਕਦੇ ਕਿ ਜ਼ਿਆਦਾ ਤੋਂ ਜ਼ਿਆਦਾ ਆਪਾਂ ਇੰਡੀਆ ਦੇ ਵਿੱਚ ਗਰੀਬਾਂ ਦੇ ਕੰਮ ਆ ਸਕੀਏ। ਅੱਛਾ, ਪਹਿਲਾਂ ਮੈਂ ਦੱਸ ਦਵਾਂ ਕਿ ਅਸੀਂ ਕਦੀ ਫੰਡ ਰੇਜ਼ ਕਰਦੇ ਹਾਂ ਜੀ, JNB ਕੈਂਪ ਲਾਉਣਾ ਆ, ਉਹਦੇ ਪੈਸੇ ਕੈਂਪ ਵਾਸਤੇ ਹੁੰਦੇ ਆ ਜੀ, ਇਸ ਵਾਸਤੇ ਜਿਹੜਾ ਸਾਡੀ ਮਾਰਜਿਨ ਆ ਉੱਪਰ ਕੈਂਪ ਦੇ ਉਹ ਬਹੁਤ ਥੋੜ੍ਹੀ ਹੁੰਦੀ ਹੈ, ਕਿ ਸਾਡੇ ਜਿਹੜੀ ਮੇਨਟੇਨੈਂਸ ਬੱਸਾਂ ਵਾਸਤੇ ਜਾਂ ਮੁਰੰਮਤੀ ਕਰਨ ਜਿੱਥੇ ਅਸੀਂ ਨਰਸਾਂ ਰੱਖੀਆਂ ਆ ਉਹ ਵੈਰੀ ਲਿਮਿਟਿਡ ਆ। ਇਸ ਵਾਸਤੇ ਅਸੀਂ ਪਿਛਲੇ ਸਾਲ ਇਸ ਸਾਲ ਅਸੀਂ ਪਹਿਲੀ ਵਾਰੀ ਕੀਤਾ ਸੀ ਕਿ ਅਸੀਂ 10K ਦੀ ਰੇਸ ਲੰਡਨ ਦੇ ਵਿੱਚ ਕੀਤੀ ਸੀ, ਜਿੱਥੇ ਅਸੀਂ ਪੈਸਾ ਰੇਜ਼ ਕੀਤਾ ਸੀ, ਅਸੀਂ ਤਕਰੀਬਨ £10,000 ਰੇਜ਼ ਕਰ ਲਿਆ ਸੀ।
ਪਰ ਆਮ ਤੌਰ 'ਤੇ ਅਸੀਂ ਇੱਦਾਂ ਦਾ ਕੋਈ ਫੰਕਸ਼ਨ ਨਹੀਂ ਕਰਦੇ ਅਤੇ ਇਸ ਵਾਸਤੇ ਰੋਕੋ ਕੈਂਸਰ ਵੱਲੋਂ ਇੱਦਾਂ ਹੀ ਹੁੰਦਾ ਕਿ ਜੇ ਕੈਂਪ ਲਾਉਣਾ ਆ ਉਹਦੇ ਵਾਸਤੇ ਤੁਸੀਂ ਪੈਸੇ ਦਿਓ। ਇਹ ਠੀਕ ਹੈ ਕਿ ਇਹ ਨਹੀਂ ਕਹਿਤਾ ਕਿ ਕਿਸੇ ਈ ਸੀ ਜੀ ਮਸ਼ੀਨ ਸਾਨੂੰ ਚਾਹੀਦੀ ਸੀ ਅਤੇ ਅਸੀਂ ਕਿਸੇ ਨੂੰ ਪੁੱਛਿਆ ਅਤੇ ਉਹਨੀ ਉਸ ਪਰਿਵਾਰ ਨੇ ਸਾਨੂੰ ਦੇ ਦਿੱਤੀ। ਇਹ ਇੱਕ ਫੋਰਮ ਆਫ ਇਨਕਮ ਰੇਜ਼ਿੰਗ ਮਨੀ ਆ, ਪਰ ਅਸੀਂ ਐਸਾ ਕੋਈ ਫੰਕਸ਼ਨ ਨਹੀਂ ਕਰਦੇ ਜਿੱਥੇ ਮੈਂ ਤੁਹਾਨੂੰ ਕਹਿ ਸਕਦਾ ਜਿਹਦੇ ਲਈ ਅਸੀਂ ਕੋਈ ਫੰਡ ਨੂੰ ਇੰਨਾ ਵੱਡਾ ਰੱਖੀਏ ਕਿ ਜਿਹਦੇ ਨਾਲ ਅਸੀਂ ਨਹੀਂ ਕੀਤਾ ਉਹ ਨਾਲੋਂ ਨਾਲੋਂ ਹੁੰਦਾ ਰਹਿੰਦਾ ਹੈਗਾ, ਕਿਉਂਕਿ ਜਿਹੜਾ ਬੰਦਾ ਵੀ ਕੈਂਪ ਲਵਾਉਂਦਾ ਹੈਗਾ ਉਹ ਆਟੋਮੈਟਿਕਲੀ ਆਪਣੀ ਅੱਖਾਂ ਦੇ ਸਾਹਮਣੇ ਦੇਖਦਾ ਹੈਗਾ। ਅੱਛਾ, ਕਦੀ ਕਦੀ ਰੇਟ ਜਿਹੜੇ ਹੈਗੇ ਆ ਪੌਂਡ ਦੇ ਅਤੇ ਰੁਪਈਏ ਦਾ ਉੱਪਰ ਥੱਲੇ ਹੁੰਦਾ ਰਹਿੰਦਾ, ਅਤੇ ਜਿਹੜੀ ਤੁਸੀਂ ਫੀਸ ਰੱਖਦੇ ਹੈਗੇ ਉਹ 'ਤੇ ਕਿੱਦਾਂ ਕੰਟਰੋਲ ਕਰਦੇ ਆ? ਸੋ ਸਾਨੂੰ ਵਧਾਉਣਾ ਹੀ ਪਈ ਫੀਸ। 2019 ਦੇ ਵਿੱਚ ਸਾਡਾ ਇੱਕ ਕੈਂਪ ਦਾ 700 ਪੌਂਡ ਖਰਚ ਹੋਇਆ ਕਰਨਾ। ਸੋ ਐਵਰੀ ਈਅਰ ਅਸੀਂ ਥੋੜ੍ਹੀ ਥੋੜ੍ਹੀ ਵਧਾਉਂਦੇ ਰਹੇ ਅਤੇ ਫਰੋਮ ਲਾਸਟ ਈਅਰ ਸਾਨੂੰ ਵਧਾਉਣਾ ਹੀ ਪਿਆ, ਕਿਉਂਕਿ ਇੱਕ ਦਾ ਰੇਟ ਦਾ ਫਰਕ ਆ, ਇੱਕ ਸਾਨੂੰ ਕਈ ਕੈਂਪ ਹੁੰਦੇ ਆ ਜਿੱਥੇ ਬੰਦੇ ਮਗਰੋਂ ਪੈਸੇ ਦਿੰਦੇ ਨਹੀਂ। ਸਾਨੂੰ ਇਹ ਵੀ ਇੱਕ ਐਰਰ ਇਨ ਐਸਾ ਆਪਣੀ ਫੋਰਮ ਦੇ ਵਿੱਚ ਰੱਖਣਾ ਪੈਂਦਾ ਕਿ ਸਾਨੂੰ ਤਕਰੀਬਨ 5 ਕੈਂਪ ਸਾਲ ਦੇ ਬੰਦੇ ਬੁੱਕ ਕਰ ਲੈਂਦੇ ਆ, ਮਗਰੋਂ ਪੈਸੇ ਵਾਸਤੇ ਮੁੱਕਰ ਜਾਂਦੇ ਆ। ਅਸੀਂ ਫਿਰ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਇਸ ਨੂੰ ਸਾਨੂੰ ਪਹਿਲਾਂ ਪੈਸੇ ਦੇ ਦਿਓ ਜਾਂ ਸਾਨੂੰ ਇਹ ਸ਼ੁਰੂ ਕਰਨਾ ਚਾਹੀਦਾ, ਪਰ ਸਾਨੂੰ ਯਕੀਨ ਇਹ ਹੁੰਦਾ, ਅਸੀਂ ਐਕਸੈਪਟ ਕਰ ਲਿਆ ਕਿ ਕਈ ਲੋਕ ਹੈਗੇ ਯਕੀਨ 'ਤੇ ਵੀ ਹੁੰਦੇ ਹੈਗੇ ਆ, ਕਈ ਵਾਰੀ ਚੰਗਾ ਵੀ ਨਹੀਂ ਲੱਗਦਾ ਕਿ ਜੀ ਪੈਸੇ ਪਹਿਲਾਂ ਦਿਓ। ਹਾਂ, ਸੇਵਾ ਹੈਗੀ ਆ, ਅਸੀਂ ਨਹੀਂ ਮੰਗਦੇ ਪਹਿਲਾਂ। ਸੋ ਚਲੋ ਕੋਈ ਨਹੀਂ, ਪਰਮਾਤਮਾ ਸਾਰਿਆਂ ਨੂੰ ਬੁੱਧੀ ਬਖਸ਼ੇ ਅਤੇ ਵਧਣ ਦੀ ਕੋਸ਼ਿਸ਼ ਸ਼ਕਤੀ ਦੇਵੇ। ਅਤੇ ਤੁਸੀਂ ਫਿਰ ਜਿੱਦਾਂ ਜਿਹਨੇ ਕਿਸੇ ਨੇ ਕੈਂਪ ਲਵਾਉਣਾ ਹੋਵੇ ਅਤੇ ਉਹ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੈਗੇ, ਕਿੱਦਾਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ? ਜਿਹੜੇ ਸਾਡੇ ਪੋਸਟਰ ਆ ਉਹਨਾਂ ਦੇ ਉੱਪਰ ਸਾਰਿਆਂ ਦੇ ਨਾਂ ਲਿਖੇ ਆ, ਸਾਡੀ ਜਿਹੜੀ ਵੈਬਸਾਈਟ ਆ rokocancer.org ਉਹਦੇ ਉੱਪਰ ਜਾ ਕੇ ਸਾਡਾ UK ਦਾ ਨੰਬਰ, ਸਾਡਾ ਜਿਹੜਾ ਆਫਿਸ ਦਾ ਨੰਬਰ ਆ ਉਹ ਟ੍ਰਾਂਸਫਰ ਹੋ ਜਾਂਦਾ ਸਾਨੂੰ, ਤੁਸੀਂ ਉਹਦੇ ਉੱਪਰ ਵੀ ਸਾਡੇ ਨਾਲ ਗੱਲ ਕਰ ਸਕਦੇ ਹਾਂ। ਹੁਣ ਜਿਹਨਾਂ ਨੇ ਸਾਨੂੰ ਜਾਣਦੇ ਆ ਜਾਂ ਜਾਣ ਪਛਾਣ ਆ, ਜਿੱਦਾਂ ਜਗਜੀਤ ਹੋਇਆ ਜਿਹੜਾ ਸਾਡਾ ਮੈਰਾਥਨ ਰਨਰ ਆ, ਉਹਨੂੰ ਤਕਰੀਬਨ ਸਾਰੇ ਸਾਊਥ ਵਾਲ ਦੇ ਵਿੱਚ ਜਾਣਦੇ ਆ। ਉਹ ਇਕੱਲੇ ਸਰਦਾਰ ਆ ਜਿਹਨੇ 300 ਤਕਰੀਬਨ 30 ਮੈਰਾਥਨਸ ਕਰ ਚੁੱਕੇ ਦੁਨੀਆ ਦੇ ਵਿੱਚ, ਅਤੇ ਉਹ ਦੌੜਦੇ ਵੀ ਦਸਤਾਰ ਦੇ ਨਾਲ ਆ। ਇਸ ਵਾਰ ਸਾਨੂੰ ਇਸ ਗੱਲ ਦੇ ਵਿੱਚ ਬੜੀ ਮਾਣ ਹੋਣੀ ਚਾਹੀਦੀ ਹੈ ਕਿ ਸਾਡਾ ਇੱਕ ਸਿੱਖ ਦੌੜਦਾ ਹੈ, ਅਤੇ ਉਹਨੇ ਰੀਸੈਂਟਲੀ ਆ ਸੱਤ ਕੰਟੀਨੈਂਟਸ ਦੌੜੇ ਸੀ, ਜਿੱਥੇ ਉਹਨੂੰ ਕਈ ਲੋਕਾਂ ਨੇ ਪੁੱਛਿਆ ਕਿ ਇਹ ਬੰਦਾ ਕੌਣ ਹੈ ਜਿਹਨੇ ਪੱਗ ਰੱਖੀ ਆ, ਕਿਉਂਕਿ ਉਹਨੇ ਸੋਚਿਆ ਕਿ ਇਹ ਮੁਸਲਮਾਨ ਆ। ਇਸ ਵਾਸਤੇ ਕਿਸੇ ਜਿੱਥੇ ਜਿੱਥੇ ਸਾਡੇ ਲੋਕ ਰਹਿੰਦੇ ਆ ਉਹ ਅਕਸਰ ਕਿਸੇ ਨੂੰ ਜਾਣਦੇ ਆ। ਕੋਈ ਵੀ ਸੇਵਾ ਹੀ ਹੈਗੀ ਆ, ਅਤੇ ਮੈਨੂੰ ਬੜੀ ਮਾਨਵਤਾ ਦੀ ਗੱਲ ਜੇ ਕਰੀਏ ਤਾਂ ਮਾਨਵ ਸਰੀਰ ਦੀ ਹੈਗਾ ਵੀ ਤੁਹਾਡਾ ਜਿਹੜਾ ਸਰੀਰ ਆ, ਹਾਂ ਇਹਦੇ ਨਾਲ ਆਪਾਂ ਚੱਲਦੇ ਹੈਗੇ ਆ। ਨਾਲੇ ਕਿਸੇ ਨੂੰ ਨੌਰਥ ਦੇ ਵਿੱਚ ਗੱਲ ਕਰਨੀ ਹੋਵੇ, ਜਿੱਦਾਂ ਲੀਡਸ ਹੋਇਆ, ਸਕਾਟਲੈਂਡ ਹੋਇਆ, ਹੁਣ ਜਸਪਾਲ ਸਿੰਘ ਇਹਨਾਂ ਦੇ ਨਾਲ ਉਹਨਾਂ ਨਾਲ ਗੱਲ ਕਰਨੀ ਚਾਹੀਦੀ। ਹਾਂਜੀ, ਤੁਸੀਂ ਇੱਦਾਂ ਸੋਚੋਗੇ ਜਿੱਦਾਂ ਹੁਣ ਤੁਸੀਂ UK ਦੇ ਵਿੱਚ ਜਾਂ ਯੂਰੋਪ ਦੇ ਵਿੱਚ ਕੋਆਰਡੀਨੇਟ ਤੁਸੀਂ ਕਰਦੇ ਹੋ, ਕਿਸੇ ਨੇ ਵੀ ਕੋਈ ਕੈਂਪ ਲਵਾਉਣਾ ਮੋਸਟਲੀ ਤੁਹਾਡੇ ਥਰੂ ਹੀ ਉਹਨਾਂ ਨੂੰ ਅੱਗੇ ਵਧਣਾ ਪੈਂਦਾ, ਅਤੇ ਤੁਸੀਂ ਇੱਦਾਂ ਚਾਹੋਗੇ ਕਿ ਆਪਾਂ ਜਿੱਦਾਂ ਨੌਰਥ ਦੇ ਵਿੱਚ ਆਪਣੇ ਜਸਪਾਲ ਜੀ ਇਹਨਾਂ ਦੇ ਨਾਲ ਲੋਕ ਕੰਟੈਕਟ ਕਰ ਸਕਦੇ ਹੈਗੇ, ਆਪਣਾ ਟੈਲੀਫੋਨ ਨੰਬਰ ਵੀ ਦੇਣਗੇ, ਅਤੇ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਏਰੀਏ ਦੇ ਵਿੱਚ ਵੀ ਹੋਵੇ ਜੇ ਟਰੈਵਲਿੰਗ ਵੀ ਘੱਟ ਜਾਂਦੀ ਹੈਗੀ ਅਤੇ ਇੱਕ ਬੰਦਾ ਕੋਆਰਡੀਨੇਟ ਕਰੇ? ਅਸੀਂ ਤਾਂ ਚਾਹੁੰਦੇ ਹਾਂ ਜੇ ਕਿਸੇ ਨੇ ਸਾਡਾ ਵਾਲੰਟੀਅਰ ਤੌਰ 'ਤੇ ਉੱਪਰ ਸਾਡਾ ਕੰਮ ਕਰਨਾ ਜਾਂ ਸਾਡੇ ਜਿਹੜੇ ਲੀਫਲੈਟਸ ਵਧਾਉਣੇ ਆ ਜਾਂ ਦੇਣੇ ਆ, ਜਿੱਦਾਂ ਅਸੀਂ ਛੋਟੇ ਛੋਟੇ ਡੱਬੇ ਰੱਖੇ ਆ ਦੁਕਾਨਾਂ ਦੇ ਵਿੱਚ ਰੱਖਣ ਨੂੰ ਜਿਹੜੇ ਹੁੰਦੇ ਨਹੀਂ ਚਾਰਟੀ ਬੋਕਸ, ਕੋਈ ਵੀ ਬੰਦਾ ਸਾਡੇ ਨਾਲ ਜੁੜ ਜਾਵੇ ਸਾਨੂੰ ਬੜੀ ਖੁਸ਼ੀ ਆ, ਜੇ ਸਾਡੇ ਲਈ ਉਹ ਥੋੜ੍ਹਾ ਜਿਹਾ ਮਦਦ ਕਰ ਸਕਦਾ, ਭਾਵੇਂ ਉਹ ਲਿਵਰਪੂਲ ਰਹਿੰਦਾ ਭਾਵੇਂ ਉਹ ਗੋਨੋਲ ਰਹਿੰਦਾ, ਸਾਨੂੰ ਕੋਈ ਮਾਇੰਡ ਨਹੀਂ। ਅਤੇ ਉਹ ਬੋਕਸ ਜਿਹੜੇ ਤੁਸੀਂ ਰੱਖੇ ਉਹਦੇ ਉੱਤੇ ਸਾਰੀ ਡਿਟੇਲ ਹੋਏਗੀ? ਹਾਂ, ਸਾਰਾ ਕੁਝ ਲਿਖਿਆ ਉਹਦੇ ਉੱਪਰ, ਸਾਡਾ ਚਾਰਟੀ ਦਾ ਨੰਬਰ ਜਿੱਦਾਂ ਆਮ ਚਾਰਟੀਜ਼ ਹੁੰਦੇ ਆ, ਉਹ ਰਜਿਸਟਰ ਨੰਬਰ ਲਿਖਿਆ ਆ ਜਿਸ ਦੁਕਾਨ ਦੇ ਵਿੱਚ ਪਏ ਐਂਡ ਸੋ ਔਨ। ਸੋ ਉਹ ਅਸੀਂ ਤਾਂ ਚਾਹੁੰਦੇ ਹੁੰਦੇ ਸਾਡੇ ਨਾਲ ਕੋਈ ਵਾਲੰਟੀਅਰ ਤੌਰ 'ਤੇ ਉੱਪਰ ਕੰਮ ਕਰੇ। ਅਸੀਂ ਰੀਸੈਂਟਲੀ ਯੂਨੀਵਰਸਿਟੀ ਵਿੱਚ ਹੁਣ ਸ਼ੁਰੂ ਕੀਤਾ ਜਾਣ ਨੂੰ ਕਿ ਜਦੋਂ ਸਟੂਡੈਂਟਸ ਪਹਿਲੀ ਵਾਰੀ ਜਾਂਦੇ ਪਹਿਲੇ ਸਾਲ ਦੇ ਵਿੱਚ, ਅਸੀਂ ਇੱਕ ਦੋ ਲੈਕਚਰ ਉੱਥੇ ਦੇ ਕੇ ਆਏ ਕਿ ਰੋਕੋ ਕੈਂਸਰ ਕਰ ਦੇਗੀ। ਓਕੇ, ਸੋ ਇਹ ਵੀ ਇੱਕ ਨਵੀਂ ਗੱਲ ਸੀ ਕਿ ਸਾਨੂੰ ਯੂਨੀਵਰਸਿਟੀਜ਼ ਦੇ ਵਿੱਚ ਜਦੋਂ ਪਹਿਲੇ ਸਾਲ ਦੇ ਵਿੱਚ ਨਿਆਣੇ ਜੁੜਦੇ ਆ ਉਹ ਦੇਖਦੇ ਰਹਿੰਦੇ ਆ ਕੋਈ ਸਾਡੇ ਸਿੱਖਾਂ ਵਾਸਤੇ ਗੱਲ ਕਰੇ। ਸੋ ਉਹ ਜਿਹੜੀ ਸਿੱਖ ਸੁਸਾਇਟੀਜ਼ ਆ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰ ਚੁੱਕੇ ਹਾਂ। ਠੀਕ ਹੈ ਜਸਪਾਲ ਜੀ, ਤੁਸੀਂ ਕੁਛ ਹੋਰ ਐਡ ਕਰਨਾ ਚਾਹੋਗੇ? ਹਾਂਜੀ ਬਿਲਕੁਲ, ਜੋ ਆਪਣੇ ਗੁਰਦੀਪ ਸਿੰਘ ਕਹਿ ਰਹੇ ਬਹੁਤ ਵਧੀਆ। ਫੰਡ ਰੇਜ਼ਿੰਗ ਇਸ ਲਈ ਬਹੁਤ ਜ਼ਰੂਰੀ ਆ, ਅਗਰ ਅਸੀਂ ਇਸ ਕੈਂਪੇਨ ਨੂੰ ਕੈਰੀ ਓਨ ਕਰਨਾ ਤਾਂ ਇਹਦੇ ਵਾਸਤੇ ਫੰਡਸ ਬੜੇ ਜ਼ਰੂਰੀ ਆ। ਔਰ ਉਹ ਫੰਡ ਜਿੱਥੇ ਤੱਕ ਮੇਰਾ ਹੈਗਾ ਆ, ਇਹ ਸਾਨੂੰ ਜਿਹੜੀ ਸਾਡੀ ਗੁਰਦੁਆਰਾ ਸਾਹਿਬ ਆ ਜਿੱਥੇ ਸਾਡੀ ਸੰਗਤ ਜਾਂਦੀ ਆ, ਕਿਉਂ ਜਿੱਥੇ ਵੀ ਗੁਰੂ ਨਾਨਕ ਦੇਵ ਸੰਗਤ ਜਾਂਦੀ ਆ ਉਹ ਤਾਂ ਸਭ ਤੋਂ ਪਹਿਲਾਂ ਜਿਹੜਾ ਉਹ ਇਹ ਆ ਕਿ ਮਨੁੱਖਤਾ ਦੀ ਸੇਵਾ ਅਸੀਂ ਕਰਨੀ ਆ, ਔਰ ਰੋਕੋ ਕੈਂਸਰ ਮਨੁੱਖਤਾ ਦੀ ਸੇਵਾ ਹੀ ਕਰ ਰਿਹਾ। ਉਹ ਜਿਹੜਾ ਉਹਦਾ ਦਸਵੰਧ ਆਪਣਾ ਕੱਢਦੇ ਆ, ਜਿਹੜਾ ਗੁਰੂਆਂ ਨੇ ਸਾਨੂੰ ਕਿਹਾ ਆ ਵੀ ਤੁਸੀਂ ਆਪਣਾ ਦਸਵਾਂ ਹਿੱਸਾ, ਮੈਂ ਤੁਹਾਤੋਂ ਸਾਧ ਸੰਗਤ ਜੀ ਗੁਰਦੁਆਰਾ ਕਮੇਟੀਆਂ ਨੂੰ ਮੈਂ ਇਹ ਇੱਕ ਹੱਥ ਜੋੜ ਕੇ ਬੇਨਤੀ ਕਰਦਾ, ਸਾਨੂੰ 10% ਨਾ ਦਿਓ, ਸਾਨੂੰ ਸਿਰਫ ਇੱਕ ਜਿਹੜਾ ਗੁਰੂ ਨਾਨਕ ਲੇਵਾ ਸਿੱਖ, 2.5 ਪੌਂਡ ਸਿਰਫ ਹਫ਼ਤੇ ਦੇ ਇੱਕ ਪਾਸੇ ਕੱਢੀ ਜਾਵੇ। ਜਿੰਨੀ ਵੀ ਸਾਧ ਸੰਗਤ ਜਾਂਦੀ ਆ ਉੱਥੇ 50 ਬੰਦੇ ਜਾਂਦੇ ਆ, 100 ਬੰਦਾ ਜਾਂਦਾ,
£250 ਪਰ ਪਰਸਨ। ਇੱਕ ਮਹੀਨੇ ਬਾਅਦ ਗੁਰਦੁਆਰਾ ਸਾਹਿਬ ਆਪਣੀ ਸਾਧ ਸੰਗਤ ਵੱਲੋਂ ਗੁਰਦੁਆਰੇ ਦਾ ਨਾਮ ਉਹਦੀ ਸਾਧ ਸੰਗਤ ਵੱਲੋਂ ਹੀ ਕੈਂਪ ਲੱਗੂਗਾ। ਜਿਸ ਤਰ੍ਹਾਂ ਅਸੀਂ ਹੁਣੇ ਮੈਂ ਗਲਾਸਗੋ ਜਾ ਕੇ ਆਇਆ, ਇਹ ਕੈਂਪ ਸਾਧ ਸੰਗਤ ਆ ਰਹੀ ਆ, ਸਾਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ। ਜਿਹੜਾ ਅਸੀਂ ਕੰਮ ਸਾਨੂੰ ਗੁਰੂ ਸਾਹਿਬ ਕਹਿ ਗਏ ਆ, ਅਸੀਂ ਉਹਦੇ ਉੱਤੇ ਹੀ ਉਤਰ ਜਾਈਏ, ਉਹਦੀ ਇੱਕ ਸਿੱਖਿਆ ਦੇ ਉੱਤੇ ਉਤਰ ਜਾਈਏ ਕਿ ਮਨੁੱਖਤਾ ਦੀ ਸੇਵਾ ਕਰਨੀ ਆ। ਦਸਵੰਧ ਵੀ ਕੱਢਣਾ, ਤੁਸੀਂ ਪਹਿਲੇ ਹੀ ਇੰਟਰਵਿਊ 'ਤੇ ਕੀਤਾ ਸੀ ਵੀ ਜਿਹੜਾ ਸਾਡਾ ਸਿੱਖੀ ਦਾ ਸਿਧਾਂਤ ਆ ਉਹ ਬੜਾ ਹੀ ਸੌਖਾ, ਠੀਕ ਹੈ ਜੀ। ਉਹਦੇ ਵਿੱਚ ਕੀ ਸੀਗਾ, ਨਾਮ ਜਪਣਾ, ਪਹਿਲਾਂ ਕਿਰਤ ਕਰਨੀ ਆ। ਕਿਰਤ ਤਾਂ ਕਰੀ ਜਾਂਦੇ ਹਾਂ, ਬਹੁਤ ਕਿਰਤ ਕਰੀ ਜਾਂਦੇ ਹਾਂ। ਆ ਕਿਰਤ ਕਰ ਕਰਕੇ ਐਡੇ ਇੱਥੇ ਜਿਹੜੇ ਵੀ ਮੁਲਕਾਂ ਵਿੱਚ ਅਸੀਂ ਗਏ ਹਾਂ, ਕਿਰਤ ਕਰਕੇ ਆਪਣੇ ਘਰ ਵੀ ਬਣਾ ਲਏ, ਗੁਰੂ ਸਾਹਿਬ ਵੀ ਬਣਾ ਲਏ, ਬਹੁਤ ਬੜੇ ਬੜੇ ਗੁਰਦੁਆਰੇ ਵੀ ਬਣਾ ਲਏ ਆ, ਕਿਰਤ ਕਰਕੇ ਕੀਤੇ, ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਨਾਮ ਵੀ ਬੜਾ ਜਪੀ ਜਾਂਦੇ ਹਾਂ, ਦਿਨ ਰਾਤ ਨਾਮ ਜਪੀ ਜਾਂਦੇ ਹਾਂ। ਅਤੇ ਵੰਡ ਕੇ ਜਿਹੜਾ ਛਕਣਾ ਆ ਉਹਦਾ ਕੰਸੈਪਟ ਹਜੇ ਤੱਕ ਸਾਨੂੰ ਮੈਨੂੰ ਲੱਗਦਾ ਨਹੀਂ ਕਿ ਸਾਡੀ ਸਿੱਖ ਜਗਤ ਨੂੰ ਇਹ ਸਮਝ ਆਈ ਹੈ। ਇੱਦਾਂ ਨਹੀਂ ਆ, ਮੈਨੂੰ ਮਾਫ਼ ਕਰਨਾ ਵੀ ਲੰਗਰ ਖਾ ਲਿਆ ਸਾਰੇ ਇਕੱਠੇ ਬਹਿ ਕੇ 200-400 ਬੰਦਿਆਂ ਤਾਂ ਇਹ ਵੰਡ ਛਕ ਹੋ ਗਿਆ। ਕਿਸੇ ਗਰੀਬ ਦਾ ਕਿਸੇ ਦਾ ਭਲਾ ਕਰ ਲਿਓ, ਆਪਣੀ ਕਮਾਈ 'ਚੋਂ ਸਿਰਫ £250 ਇੱਕ ਹਫ਼ਤੇ ਦੇ, ਤੁਸੀਂ ਇੱਕ ਕੈਂਪ ਨਹੀਂ ਕਹਿੰਦਾ ਮੈਂ ਤੁਹਾਨੂੰ, ਤੁਸੀਂ ਅਗਰ ਇਹ ਪ੍ਰਣ ਕਰ ਲਓ ਤੁਸੀਂ ਇੱਕ ਮਹੀਨੇ 'ਚ ਦੋ ਕੈਂਪ ਲਵਾ ਸਕਦੇ ਹਾਂ। ਜਸਪਾਲ ਜੀ, ਤੁਹਾਡਾ ਮੈਸੇਜ ਤਾਂ ਮੇਰਾ ਖਿਆਲ ਆ ਕਿ ਸੰਗਤ ਨੇ ਸੁਣਿਆ ਵੀ ਹੋਏਗਾ ਅਤੇ ਸਮਝ ਵੀ ਗਏ ਹੋਣਗੇ, ਕਾਫੀ ਡੀਪਲੀ ਤੁਸੀਂ ਸਮਝਾਇਆ ਹੈਗਾ। ਅਤੇ ਭਾਅ ਜੀ, ਤੁਸੀਂ ਐਂਡ 'ਤੇ ਕੁਛ ਕਹਿਣਾ ਚਾਹੋਗੇ? ਹਾਂ, ਜੋ ਨਹੀਂ ਕਿਹਾ ਗੱਲ ਠੀਕ ਹੈ। ਜੇ ਉਹਨੀ ਲਿਮਿਟਿਡ ਪੈਸਾ ਨਹੀਂ ਦੇਣਾ ਇੱਦਾਂ ਫੰਡ ਰੇਜ਼ਿੰਗ ਵਾਸਤੇ, ਉਹ ਸਾਨੂੰ ਡਾਇਰੈਕਟ ਡੈਬਿਟ ਸੈਟਅਪ ਕਰ ਲੈਣ, ਸਭ ਤੋਂ ਸੌਖੀ ਗੱਲ ਇਹ ਆ। ਕਿਉਂਕਿ ਜਿਹੜਾ ਦਸਵੰਧ ਦਾ ਕੋਨਸੈਪਟ ਆ ਇਹ UK ਵਿੱਚ ਇਨਫੈਕਟ ਮਰ ਗਿਆ ਜੀ, ਮੈਨੂੰ ਪੁੱਛਦੇ ਹਾਂ। ਦੈਟ ਕੋਨਸੈਪਟ ਬਗੈਰ ਥੋੜ੍ਹੀਆਂ ਕਮਿਊਨਿਟੀਜ਼ ਵਿੱਚੋਂ, ਅਤੇ ਉਹਨਾਂ ਦਾ ਮੈਂ ਅਫਗਾਨੀਜ਼ ਕਮਿਊਨਿਟੀ ਦਾ ਨਾਂ ਲੈਣ ਦਾ, ਇਹ ਕਰਦੇ ਆ ਹਜੇ ਦਸਵੰਧ, ਪਰ ਜਿਹੜੇ ਪਹਿਲੇ ਦੁਆਬੇ ਤੋਂ ਆਏ ਸਾਰੇ ਜਾਣੇ ਉਹ ਬਿਲਕੁਲ ਨਹੀਂ ਕਰਦੇ। ਹੁਣ ਭਾਵੇਂ ਗੁੱਸਾ ਹੀ ਕਰਨ ਸਾਰੇ ਜਾਣੇ, ਇਹ ਕੋਨਸੈਪਟ ਹੈ ਨਹੀਂ ਹੈ। ਤੁਸੀਂ ਸੱਚ ਦੱਸਦੇ ਕਿ ਮੈਂ ਦੇਖ ਚੁੱਕਾ ਇਹ ਕਿੱਦਾਂ ਕਰਦੇ ਆ ਇਸ ਵਾਸਤੇ। ਹਾਂ, ਉੱਦਾਂ ਪੈਸਾ ਦੇਣ ਨੂੰ ਦੁਆਬੀਏ ਬਹੁਤ ਤਕੜੇ, ਮੈਂ ਆਪ ਕਹਿੰਦਾ ਦਿੰਦੇ ਆ, ਪਰ ਜਿਹੜਾ ਦਸਵੰਧ ਕੱਢਣਾ ਆਪਣਾ ਹਿੱਸਾ, ਤੁਹਾਡੇ ਕਹਿਣ ਦਾ ਮਤਲਬ ਐਵਰੀ ਮੰਥ ਜਿਹੜਾ ਕੱਢਣਾ ਹੈਗਾ ਉਹਦੇ ਪਾਸੇ ਸਾਡਾ ਧਿਆਨ ਨਿਕਲ, ਹਾਂ, ਅਤੇ ਬਾਕੀ ਜੇ ਅਸੀਂ ਬੰਚ ਇੱਕ ਬਲਕ ਦੇ ਵਿੱਚ ਕੁਛ ਕਰਨਾ ਚਾਹੀਏ ਉਹਦੇ ਲਈ ਅਸੀਂ ਵਰਿਆ ਨੇ। ਤੁਸੀਂ ਆਪਣਾ ਕੋਈ ਕੰਟੈਕਟ ਦੇਣਾ ਚਾਹੋਗੇ? ਹਾਂ, ਮੈਂ ਆਪਣਾ, ਤੁਸੀਂ ਮੇਰਾ ਕੰਟੈਕਟ ਥੱਲੇ ਵੀ ਲਿਖ ਲਏ, ਪਰ ਮੇਰਾ ਨੰਬਰ ਹੈਗਾ 077-333-487-830। ਅਤੇ ਤੁਹਾਡੀ ਕੋਈ ਵੈਬਸਾਈਟ ਅਤੇ ਤੁਹਾਡੇ ਈਮੇਲ ਐਡਰੈਸ? rococancer.org ਦੇ ਉੱਪਰ ਸਾਡੀ ਸਾਰੀ ਈਮੇਲ ਹੈਗੀ ਮੈਂ। ਓਕੇ, ਸੋ ਅਤੇ ਵੀਰ ਜੀ ਤੁਸੀਂ ਵੀ ਆਪਣਾ ਕੋਈ, ਮੇਰਾ ਟੈਲੀਫੋਨ ਨੰਬਰ ਨੋਟ ਕਰ ਲਓ ਜੀ, ਇਸ 07-843-320-60। ਅਗਰ ਤੁਸੀਂ ਮੇਰੇ ਨਾਲ ਈਮੇਲ 'ਤੇ ਕੰਟੈਕਟ ਕਰਨਾ ਚਾਹੁੰਦੇ ਹਾਂ, ਉਹ ਹੈਗਾ ਜੀ ਆਪਣਾ brand.ambassador@rococancer.org। ਦੋਸਤੋ, ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਅਤੇ ਇਹਨਾਂ ਨੇ ਬਹੁਤ ਹੀ ਚੰਗਾ ਆਪਣੇ ਵਿਚਾਰ ਦੱਸੇ ਹੈਗੇ ਆ ਕਿ ਅਸੀਂ ਕਿੱਦਾਂ ਰੋਕੋ ਕੈਂਸਰ ਦੇ ਨਾਲ ਜੁੜ ਕੇ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰ ਸਕਦੇ ਹੈਗੇ ਹਾਂ। ਅਤੇ ਇੱਦਾਂ ਹੀ ਤੁਹਾਨੂੰ ਅਸੀਂ ਸੇਵਾ ਦੇ ਵਿੱਚ ਲੱਗੇ ਰਹਾਂਗੇ, ਤੁਹਾਨੂੰ ਮਿਲਦੇ ਰਹਾਂਗੇ। ਅੱਜ ਦਾ ਸਾਡਾ ਇਹੀ ਪ੍ਰੋਗਰਾਮ ਸੀਗਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਸ ਪੰਜਾਬੀ ਦੇਖਣ ਵਾਸਤੇ। ਇੱਥੇ ਸਾਡਾ ਪ੍ਰੋਗਰਾਮ ਫਿਨਿਸ਼ ਹੁੰਦਾ ਆ। ਸਤਿ ਸ਼੍ਰੀ ਅਕਾਲ ਜੀ।